ਆ ਦੱਸਿਆ ਜਿਸ ਨੂੰ ਸਾਰਿਆਂ ਨੇ ਅਪਣਾਇਆ। ਅਸੀਂ ਸਿਆਸਤ ਵਿੱਚ ਰਹਿੰਦੇ ਹਾਂ, ਦਖਲ ਵੀ ਦਿੰਦੇ ਹਾਂ, ਪਰ ਸਿਰਫ ਫਰਕ ਇੰਨਾ ਹੈ ਕਿ ਧਰਮ ਦੇ ਉੱਤੇ ਸਿਆਸਤ ਨੂੰ ਨਹੀਂ ਚੜ੍ਹਨ ਦਿੰਦੇ, ਜਿਸ ਨਾਲ ਸਾਨੂੰ ਸਫਲਤਾ ਪ੍ਰਾਪਤ ਹੁੰਦੀ ਹੈ। ਬੀਬੀ ਜੀ ਨੂੰ ਸ਼ਾਇਦ ਨਹੀਂ ਪਤਾ ਹੋਣਾ, ਜੇ ਯਾਦ ਹੋਵੇਗਾ ਵੀ ਚੌਧਰੀ ਦਲਬੀਰ ਸਿੰਘ ਜੀ ਨੂੰ ਜਦੋਂ ਇੱਥੋਂ ਮੈਂਬਰ ਪਾਰਲੀਮੈਂਟ ਦੀ ਟਿਕਟ ਮਿਲੀ ਸੀ ਤਾਂ ਅਸੀਂ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਉਹਨਾਂ ਨੂੰ ਵੋਟਾਂ ਦੇਣ ਵਿੱਚ ਸਫਲਤਾ ਪ੍ਰਾਪਤ ਕੀਤੀ। ਜਿੰਨਾ ਚੌਧਰੀ ਦਲਬੀਰ ਸਿੰਘ ਜੀ ਸਾਡੇ ਨਾਲ ਘੁਲੇ ਮਿਲੇ ਸਨ, ਜੀ ਕਰਦਾ ਬੀਬੀ ਜੀ ਵੀ ਸਾਡੇ ਨਾਲ ਇਸ ਤਰ੍ਹਾਂ ਆਉਣ ਜਾਣ ਲੱਗਣ, ਵਿਚਾਰ ਸਾਂਝੇ ਕਰਨ, ਮਿਲਦੇ ਗਿਲਦੇ ਰਹਿਣ, ਸਾਡੇ ਇਲਾਕੇ ਨੂੰ ਹੋਰ ਵੀ ਜ਼ਿਆਦਾ ਸਫਲਤਾ ਪ੍ਰਾਪਤ ਹੋ ਸਕਦੀ ਹੈ। ਜਗਦੀਸ਼ ਨਹਿਰਾ ਜੀ ਨੇ ਜਦੋਂ ਤੋਂ ਤੁਰੇ ਨੇ ਸਾਡੇ ਨਾਲ ਪੂਰਾ ਸਾਥ ਦਿੱਤਾ ਅਤੇ ਮੈਂ ਨਹੀਂ ਵੀ ਗਿਆ, ਇਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਇਹ ਕੰਮ ਚਾਹੁੰਦਾ, ਉੱਥੇ ਇਹਨਾਂ ਨੇ ਕਰ ਦਿੱਤਾ। ਮਨੀ ਰਾਮ ਜੀ ਹਰ ਵੇਲੇ ਤਤਪਰ ਰਹਿੰਦੇ ਨੇ ਇਸ ਗੱਲ ਦੇ ਉੱਤੇ ਕਿ ਇੱਥੋਂ ਕਿਹੜੀ ਗੱਲ ਆਖੀ ਜਾਂਦੀ ਹੈ ਉਸ ਨੂੰ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰੀਏ। ਇਲਾਕੇ ਦੀ ਤਰੱਕੀ ਵਾਸਤੇ ਜਿਹੜੀ ਸਾਡੀ ਸਿਆਸਤ ਹੈ, ਸਗੁਰਾਂ ਦੀ ਕਿਰਪਾ ਨਾਲ ਸੜਕਾਂ ਸਾਧ ਸੰਗਤ ਨੇ ਬਣਾਈਆਂ, ਇਕੱਠੀਆਂ ਹੋ ਕੇ ਬਾਗ ਲਾਏ ਅਤੇ ਹੋਰ ਕੋਈ ਤਰੱਕੀ ਦੇ ਕੰਮ ਬਹੁਤ ਸਾਰੇ ਕੀਤੇ ਨੇ। ਹਸਪਤਾਲ ਵਾਸਤੇ ਇੱਥੇ ਥੋੜ੍ਹੀ ਜਿਹੀ ਮੇਰੇ ਖਿਆਲ ਚਰਚਾ ਹੋਈ ਅਤੇ ਸਰਕਾਰ ਬਣਾ ਦੇਵੇ ਤਾਂ ਬਹੁਤ ਵਧੀਆ, ਪਰ ਜੇ ਸਰਕਾਰ ਨਾ ਬਣਾ ਸਕੀ ਤਾਂ ਸਗੁਰਾਂ ਦੀ ਕਿਰਪਾ ਨਾਲ ਸਾਧ ਸੰਗਤ ਬਣਾਏਗੀ। ਬਹੁਤ ਜ਼ਰੂਰੀ ਚੀਜ਼ ਇਹ ਹੈ ਕਿ ਸਹਿਨਸ਼ੀਲਤਾ ਤੋਂ ਕੰਮ ਲਿਆ ਜਾਵੇ, ਧੀਰਜ ਤੋਂ ਕੰਮ ਲਿਆ ਜਾਵੇ। ਜਦੋਂ ਕੋਈ ਆਦਮੀ ਉੱਚਾ ਨੀਵਾਂ ਬੋਲੇ ਤੁਸੀਂ ਧੀਰਜ ਕਰੋ, ਅਤੇ ਜਦੋਂ ਕੋਈ ਆਦਮੀ ਗਲਤੀ ਮੰਨ ਲੈਂਦਾ ਅਤੇ ਤੁਹਾਡੇ ਹਿਸਾਬ ਨਾਲ ਬਹੁਤ ਵੱਡੀ ਗਲਤੀ ਹੈ, ਉਸ ਨੂੰ ਖਿਮਾ ਕਰ ਦਿਓ। ਇਹ ਸਭ ਤੋਂ ਵੱਡਾ ਹਥਿਆਰ ਹੈ ਜਿਹਦੇ ਨਾਲ ਸਾਨੂੰ ਸਫਲਤਾ ਪ੍ਰਾਪਤ ਹੋ ਸਕਦੀ ਹੈ। ਦਰਸ਼ਨ ਸਿੰਘ ਹੋਰਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਅਤੇ ਜਿਹੜੀ ਆਖਰੀ ਗੱਲ ਸੀ ਸਭ ਤੋਂ ਵਧੀਆ ਸੀ ਕਿ ਮਨ ਜਿਹੜਾ ਨਾ ਉਹ ਠੀਕ ਹੋਣਾ ਚਾਹੀਦਾ ਸਾਡਾ। ਜਦੋਂ ਅਸੀਂ ਖੇਤੀਬਾੜੀ ਕਰਨ ਲੱਗਦੇ ਹਾਂ, ਜਿਹੜੇ ਜਿਹੜੇ ਪਹਿਲਾਂ ਸਰੀਰ ਇੱਥੇ ਆਏ ਨੇ ਉਹਨਾਂ ਨੂੰ ਪਤਾ ਹੈ ਕਿ ਇੱਥੇ ਅੱਧਾ ਅੱਧਾ ਏਕੜ ਕਣਕ ਦੇ ਦਾਣੇ ਚਿੜੀਆਂ ਹੀ ਖਾ ਜਾਂਦੀਆਂ ਸਨ, ਚੂਹੇ ਖਾ ਜਾਂਦੇ ਸਨ। ਠੀਕ ਹੈ, ਹੌਲੀ ਹੌਲੀ ਤੁਰੇ ਹੋ ਇੱਧਰ ਨੂੰ, ਤੁਰਦਿਆਂ ਤੁਰਦਿਆਂ ਤੁਹਾਨੂੰ ਸਫਲਤਾ ਪ੍ਰਾਪਤ ਹੋਈ ਹੈ। ਤੁਸੀਂ ਕੋਈ ਵਿਹਾਰ ਦਾ ਕੰਮ ਕਰਦੇ ਹੋ, ਜਦੋਂ ਤੁਸੀਂ ਸ਼ੁਰੂ ਹੁੰਦੇ ਹੋ ਉਸ ਤੋਂ ਥੋੜ੍ਹੇ ਸਾਲਾਂ ਬਾਅਦ ਤੁਹਾਨੂੰ ਪਤਾ ਲੱਗ ਜਾਂਦਾ ਕਿ ਵਿਹਾਰ ਇਸ ਤਰ੍ਹਾਂ ਚੱਲੇਗਾ। ਤੁਹਾਨੂੰ ਪਤਾ ਹੈ ਕਾਕਾ ਉਦੇ ਸਿੰਘ ਜਿਹੜਾ ਉਸਨੇ ਬੈਂਗਲੋਰ ਜਾ ਕੇ ਬੜੀ ਛੋਟੀ ਸਕੇਲ ਤੋਂ ਕੰਮ ਸ਼ੁਰੂ ਕੀਤਾ, ਉਹ ਬੀ ਪੈਦਾ ਕਰਨ ਲੱਗੇ, ਫਿਰ ਹੌਲੀ ਹੌਲੀ ਅਮੈਰੀਕਾ ਗਏ, ਯੂਰਪ ਗਏ, ਜਪਾਨ ਗਏ, ਉੱਥੋਂ ਬਿਜ਼ਨਸ ਲਿਆਂਦਾ। ਉਹਨਾਂ ਨੂੰ ਹੌਲੀ ਹੌਲੀ ਕੁਝ ਸਾਲਾਂ ਬਾਅਦ ਇੰਨੀ ਜਾਣਕਾਰੀ ਹੋ ਗਈ ਹੈ ਕਿ ਉਸਨੇ ਕੋਈ ਡਿਗਰੀ ਕੁਆਲੀਫਾਈ ਨਹੀਂ ਕੀਤੀ, ਪਰ ਜਿਹੜੇ ਡਿਗਰੀ ਕੁਆਲੀਫਾਈਡ ਨੇ ਨਾ ਜਿਹੜੇ ਉਹ ਉਹਦੇ ਕੋਲੋਂ ਪੁੱਛ ਕੇ ਤੁਰਦੇ ਨੇ, ਐੱਮ ਐੱਸ ਸੀ ਵਗੈਰਾ ਜਿੰਨੇ ਨੇ। ਸੋ ਮੇਰਾ ਸਿਰਫ ਮਤਲਬ ਇਹ ਹੈ ਵੀ ਇੰਨਿਆਂ ਕੰਮਾਂ 'ਚ ਸਾਨੂੰ ਸਫਲਤਾ ਹੋ ਜਾਂਦੀ ਹੈ, ਮਨ ਦੇ ਕੰਮ 'ਚ ਕਿਉਂ ਨਹੀਂ ਸਫਲਤਾ ਹੋਵੇ ਜੀ ਜੋ ਆਪਾਂ ਇਸ ਪਾਸੇ ਲੱਗਾਂਗੇ। ਸੋ ਇਹ ਕੋਸ਼ਿਸ਼ ਕਰੋ ਕਿ ਜਿਸ ਤਰ੍ਹਾਂ ਮੈਂ ਬਹੁਤ ਸਾਲਾਂ ਬਾਅਦ ਇੱਥੇ ਆ ਕੇ ਆਪਣੀ ਗਲਤੀ ਮਹਿਸੂਸ ਕੀਤੀ ਹੈ, ਅਤੇ ਮੇਰਾ ਇਹ ਖਿਆਲ ਸੀ ਵੀ ਇੱਥੇ ਬਹੁਤ ਰੰਗ ਬਿਰੰਗੇ ਕੱਪੜੇ ਹੋਣਗੇ, ਪਰ ਸਗੁਰਾਂ ਨੇ ਕਿਰਪਾ ਕੀਤੀ ਹੈ, ਸਾਰੇ ਚਿੱਟੇ ਕੱਪੜਿਆਂ ਨਾਲ ਸਾਨੂੰ ਦਿਸਦੇ ਨੇ। ਕੋਈ ਇੱਕ ਅੱਧਾ ਵਿੱਚ ਹੋਵੇ ਤਾਂ ਕਹਿਣ ਵਾਲੀ ਗੱਲ ਨਹੀਂ, ਜਿਸ ਤਰ੍ਹਾਂ ਬਾਹਰ ਦੀ ਗੱਲ ਠੀਕ ਹੋਈ ਹੈ ਇਸ ਤਰ੍ਹਾਂ ਹੀ ਇਹ ਵੀ ਕੋਸ਼ਿਸ਼ ਕਰੋ ਕਿ ਸਾਡੇ ਮਨ ਜਿਹੜੇ ਨੇ ਉਹ ਸਗੁਰੂ ਵਾਲੇ ਪਾਸੇ ਲੱਗਣ, ਕਿਉਂਕਿ ਸਾਡਾ ਧਰਮ ਜਿਹੜਾ ਉਹ ਇਹ ਹੈ ਕਿ ਗਊ ਅਤੇ ਗਰੀਬ ਦੀ ਰੱਖਿਆ ਕਰਨੀ। ਇਹਦੇ ਵਿੱਚ ਸਿਆਸਤ ਕਿਹੜੀ ਲਾਂਭੇ ਰਹਿ ਜਾਂਦੀ ਮੈਨੂੰ ਸਮਝ ਨਹੀਂ ਆਉਂਦੀ। ਸਗੁਰੂ ਪ੍ਰਤਾਪ ਸਿੰਘ ਜੀ ਨੇ ਐਡਾ ਵੱਡਾ ਕੰਮ ਕੀਤਾ ਇੱਥੇ, ਕਿੰਨੇ ਗਰੀਬ ਵਸਾਏ ਨੇ, ਇਹਦੀ ਕੋਈ ਮਿਸਾਲ ਨਹੀਂ ਮਿਲਦੀ। ਅੱਗੇ ਨੂੰ ਵੀ ਕੋਈ ਇਸ ਤਰ੍ਹਾਂ ਦਾ ਚਾਨਣ ਨਹੀਂ ਦਿਸਦਾ ਕਿ ਕਿਸ ਤਰ੍ਹਾਂ ਸਗੁਰਾਂ ਨੇ ਪਾਕਿਸਤਾਨ ਬਣਨ ਤੋਂ ਪਹਿਲਾਂ ਸਾਰਿਆਂ ਨੂੰ ਆਖਿਆ ਕਿ ਨਿਕਲਿਓ, ਸਿਰਫ ਨਾਮਧਾਰੀਆਂ ਨੂੰ ਨਹੀਂ, ਜਿਹੜੇ ਵੀ ਬਚਨ ਮੰਨਣ ਵਾਲੇ ਸੁਣਨ ਵਾਲੇ ਸਨ ਸਾਰਿਆਂ ਨੂੰ ਆਖਿਆ ਕਿ ਜੇ ਮੇਰੀ ਗੱਲ ਠੀਕ ਨਾ ਹੋਈ ਤਾਂ ਫਿਰ ਵਾਪਸ ਆ ਜਾਇਓ, ਇੱਕ ਵਾਰ ਨਿਕਲਿਓ ਇੱਥੋਂ, ਜਿਹੜੇ ਨਿਕਲੇ ਉਹ ਸੁਖੀ ਰਹੇ। ਸੋ ਇੱਥੇ ਲਿਆ ਕੇ ਆਪਣੇ 'ਤੇ ਬੜੀਆਂ ਤਕਲੀਫਾਂ ਚੱਲ ਕੇ ਤੁਹਾਨੂੰ ਵਸਾਇਆ। ਤੁਹਾਨੂੰ ਇਹ ਪਤਾ ਹੈ ਕਿ ਦਰਖਤ ਜਿਹੜਾ ਨਾ ਉਹ ਆਪਣੀ ਛਾਵੇਂ ਆਪ ਨਹੀਂ ਪੈਂਦਾ, ਆਪ ਧੁੱਪ ਚੱਲਦਾ, ਹਨੇਰੀ ਚੱਲਦਾ, ਸਭ ਕੁਝ ਚੱਲਦਾ, ਲੋਕਾਂ ਨੂੰ ਸੁੱਖ ਦਿੰਦਾ ਥੱਲੇ ਬਹਾ ਕੇ। ਨਦੀ ਆਪਣਾ ਪਾਣੀ ਆਪ ਨਹੀਂ ਪੀਂਦੀ, ਲੋਕ ਉਸ ਤੋਂ ਫਾਇਦਾ ਉਠਾਉਂਦੇ ਨੇ।
सतगुरु जी हुक्म कराया करते सन रसायणी जिहड़ा इत्थे बैठा होवे जे 12-12 कोह तक कोई भुखा मरदा ते रसायणी नूं पाप लगदा वो ये नहीं सना दे तुसी की कर दियो वो वेखदे असी की करदे आ। सो तुसी भी इस चीज़ बनाओ भी गऊ ते गरीब की रख्या वाली जिहड़ी गुरु नानक ने गल लिखी है उस नूं असी अपना लईए ते जिस तरह तुहानूं अगे दस्सिया हौली हौली तजर्बा करन नाल मन भी सगुरां दी कृपा नाल ठीक जरूर होएगा। सगुरां दी बड़ी कृपा है 8-8 घंटे बह के नाम सिमरन करते हैं नामधारी सिंह इत्थे ही नहीं कैनेडा विच लंडन विच अमरीका विच अफरीका विच ते पता नहीं कित्थे कित्थे सारे इन्हां कपड़िया नाल रहिंदे ने उत्थे पहलों उन्हां नूं तंगी आई इन्हां कपड़िया की लेकिन हुण उन्हां नूं स्पष्ट हो गया उन्हां नूं कोई तकलीफ नहीं आउंदी। असूबा रेशम सिंह मेरे कोल बैठे ने इत्थे ये पहलों मुन्ने ही हुंदे सन तरसेम सिंह दे कट्ठे सन पढ़ते इन्होंने अमृत छकिया भजन पूछया उस तो बाद अपने विहार कार वास्ते सूबा रेशम सिंह होरी कैनेडा चले गए उत्थे इन्हां नूं उन्होंने आख्या भी तू तेन पेंट बुशर्ट पानी पेगी इन्हें आख्या मैं नहीं पानी किन्ने महीने या किन्ना साल ये बनैन नाल काम करते रहे बनैन खेरे नाल फिर उन्होंने मन लिया भी जिस तरह तू आना ठीक है दृढ़ इरादे नाल सतगुरु नूं मुख रख के काम किया जाए तो कोई तकलीफ नहीं आती। मैं इतों की साध संगत का इतों के जो प्रबंधक ने उन्हों का बहुत बहुत धन्यवाद करदा कि एक दिन भी लंघा जड़ा ना सुख शांति बड़ा औखा होंगे 5 दिन लंघाए ने साध संगत ने बड़ी कृपा की है प्रबंधकों ने भी पूरा एकता का सबूत दिता है कट्ठे होकर यह सारा काम किया। तो मैं इन्हीं शब्दों नाल बीबी शैलजा जी नहरा जी मनी राम जी सब का धन्यवाद करदा कि उन्होंने अपना वक्त कढ के इत्थे आए ने ते अजकल तुहानू पता है अखबारों में नरसिम्हा राव जी वास्ते शब्द है कि वह बोलते नहीं तो इन्हों का धर्म बनता ही सी इन्हां नूं आख्या सी बोलन वास्ते इन्हें आख्या सी नहीं बोलना तो ये भी गल ठीक है भी बोलो ना कम करो। संजय जी जिहड़े सन उह आंदे सन भई बातें कम काम ज़्यादा लेकिन नरसिम्हा राव जी आंदे ने बोलो ही ना तो कम करी चलो। तो सतगुरु कृपा करन साडे मनां ते वसन असीं इकट्ठे रहिए भजन बाणी करिए गरीबां दी मदद होवे गऊ दी रख्या होवे सतगुरु राम सिंह दे दर्शन विच एक एक घंटा हर जी प्रति नाम सिमरन हर घर प्रति एक एक आदि जां दसम दा पाठ सतगुरु राम सिंह दे दर्शन विच होवे सतगुरां दे दर्शन होण सारे तकलीफां साडियां हट जाण सतगुर दर्शन अगन निवारी सतगुर पेट होमै बारी। एक इस इलाके संत नगर दे विच जसदार निशान सिंह जी बंडालीए ते हरपाल सिंह जी मास्टर हरभजन दे भरा जीवन नगर दे इलाके च इन्हां नूं अज तों सूबा थापिया जांदा ते अपने अपने जिम्मेवारियां नाल काम करन पता लगे अगले साल तक इन्हां ने किन्ना किन्ना काम कीता ते उहदे नाल की फायदे साडे होए ने। जिहड़े जिन्हां जिन्हां दे विआह होए ने उह अपना ध्यान रखण कि उहनां नूं फिर डाना लाउणा पवे उह ठीक ठीक ढंग नाल चलण ते अगां तों सही रूप से विआह जिहड़े ने जिस तरह होए ने विआह इत्थे इक्को ही होना चाहिए एक घर जाके एक पेकी जाके एक सहुरी जाके फिर विआह नहीं होना चाहिए कोई रोटियां नहीं करनियां कुछ नहीं करना। मैं इन्नी अर्ज करके अगे लवां असीं एक स्कूल विच बैठे हाँ एक क्लास विच बैठे हाँ ये सोचने वास्ते भी असीं की करना है राम का बनजारा की करता तो जिहड़ा नहीं वो की करता कहिंदे ने मैं राम नाम धन ला दिया बिख ला दी संसार झूठ दियां छट्टां भर लईआं ने संसार ने पर जिहड़े सगुरां दे प्रेमी जिहड़े संत ने उन्हां ने राम दा धन लद्या उन्हां ने सच दा व्यापार कीता। सतगुरु प्रताप सिंह सच्चे पातशाह दे उपदेश तुसीं सुणो कि सच्चे पातशाह ने दस्या कि सच नूं कौन नहीं जाणदे ये दुख पड़े मूर्ख सच ना जाणनी वो क्यों नहीं जाणदे वो मन नूं मुख रखदे ने जदों आदमी मन नूं मुख रखदा ना तो वह राह ही इहो जिहा भई उहदे अगले पासे बेमुखता ही आ जाती है वह फिर रब तो मुनकर हुंदा सतगुरू तो बेमुख हो जाता। कई बार इस तरह भी हुंदा भई जिहड़े बहुत पिछले इतिहास नूं छड्ड भी दईए सतगुरू प्रताप सिंह सच्चे पातशाह वाले वेख्या जिन्हां सतगुरों ने पाकिस्तान तो कढ के लिया धक्के कढ के लिया जिन्हां सतगुरों ने
ਇੱਥੇ ਲਿਆ ਕੇ ਵਸਾਇਆ, ਆਪ ਕਸ਼ਟ ਸਿਆ ਅਤੇ ਉਹਨਾਂ ਨੂੰ ਵੀ ਬੁਰਾ ਭਲਾ ਆਖਣਾ ਸ਼ੁਰੂ ਕਰਤਾ, ਅਦਾਲਤ ਵਿੱਚ ਕੇਸ ਸ਼ੁਰੂ ਕਰ ਦਿੱਤੇ। ਫਿਰ ਇੱਥੇ ਉਹਨਾਂ ਨੇ ਸਮਝਿਆ ਵੀ ਨਹੀਂ ਗੱਲ ਬਣੀ, ਅਤੇ ਕੁਛ ਇਹਨਾਂ ਨੇ ਉਹਨਾਂ ਨੂੰ ਗੁਰੂ ਮੰਨਣਾ ਛੱਡ ਦਿੱਤਾ, ਮਹਾਰਾਜ ਆਖਣਾ ਸ਼ੁਰੂ ਕਰ ਦਿੱਤਾ। ਕੁਛ ਇਸ ਤਰ੍ਹਾਂ ਦੇ ਹੋਏ ਜਿਨ੍ਹਾਂ ਨੇ ਆਖਿਆ ਵੀ ਅਸੀਂ ਤਾਂ ਜੀ ਉੱਥੇ ਫਲਾਣੇ ਜਥੇਦਾਰ ਜਿਹੜੇ ਗੈਰ ਨਾਮਧਾਰੀ ਨੇ ਆਉਣੇ ਨੇ ਉਹਨਾਂ ਕੋਲ ਜਾ ਕੇ ਅੰਮ੍ਰਿਤ ਛਕ ਲੈਣਾ। ਇਸ ਤਰ੍ਹਾਂ ਕੀਤਿਆਂ ਉਹ ਸਤਿਗੁਰੂ ਨਹੀਂ ਹਟਦਾ। ਸੂਰਜ ਨੂੰ ਸਾਰਾ ਹੀ ਸੰਸਾਰ ਆਖਣ ਲੱਗ ਪਏ ਵੀ ਸੂਰਜ ਨਹੀਂ ਸੂਰਜ ਨਹੀਂ, ਉਹ ਸੰਸਾਰ ਉਹ ਸੂਰਜ ਨਹੀਂ ਹਟਣਾ, ਉਹਨੇ ਸੂਰਜ ਰਹਿਣਾ ਹੀ ਹੈ। ਭਾਈ ਗੁਰਦਾਸ ਜੀ ਨੇ ਲਿਖਿਆ, ਕੱਢ ਕੁਨਾਲੀ ਜੋਤ ਸਿਪਾਹੀ, ਆਪਣੇ ਅੱਖਾਂ ਦੇ ਅੱਗੇ ਥਾਲੀ ਰੱਖ ਲਵੇ, ਕੋਈ ਪਰਾਤ ਰੱਖ ਲਵੇ, ਅਤੇ ਫਿਰ ਆਖੇ ਸੂਰਜ ਨਹੀਂ। ਉਹ ਇਹੋ ਜਿਹੀ ਗੱਲ ਬਣ ਜਾਂਦੀ ਆ। ਇਹ ਮੈਨੂੰ ਯਾਦ ਚੰਗੀ ਤਰ੍ਹਾਂ ਭਾਈ ਵਜ਼ੀਰ ਸਿੰਘ ਹੋਰਾਂ ਨੇ ਅਰਜ਼ੀ ਕੀਤੀ, ਸੱਚੇ ਪਾਤਸ਼ਾਹ ਜਿਹਨਾਂ ਵਾਸਤੇ ਇੰਨਾ ਤੁਸੀਂ ਕੁਛ ਕਰਦੇ ਹੋ ਉਹਦਾ ਤੁਹਾਨੂੰ ਚੰਗਾ ਨਹੀਂ ਸਮਝਦੇ ਜਾਂ ਗਾਲਾਂ ਕੱਢਦੇ ਨੇ ਬੁਰਾ ਸਮਝਦੇ ਨੇ। ਸੱਚੇ ਪਾਤਸ਼ਾਹ ਆਖਿਆ, ਮੈਨੂੰ ਕੁਛ ਸਮਝਣ, ਇੱਕ ਤਾਂ ਮੈਂ ਆਪਣੇ ਹੁੰਦਿਆਂ ਗਰੀਬ ਤਾਂ ਧੱਕਾ ਨਹੀਂ ਹੋਣ ਦੇਣਾ, ਅਤੇ ਮੈਨੂੰ ਮੇਰਾ ਨਿੰਦਿਆਂ ਨਾਲ ਕੁਛ ਘੱਟਦਾ ਨਹੀਂ ਅਤੇ ਉਸ ਤੋਂ ਨਾਲ ਕੁਛ ਵੱਧਦਾ ਨਹੀਂ। ਪਰ ਕਿਸੇ ਦਿਨ ਨੂੰ ਯਾਦ ਕਰਨਗੇ ਕਿ ਸਗੁਰਾਂ ਨੇ ਆ ਕਿਰਪਾ ਕੀਤੀ। ਔਲੇ ਦਾ ਖਾਧਾ ਜਿਹੜਾ ਉਹ ਥੋੜ੍ਹਾ ਕੌੜਾ ਲੱਗਦਾ, ਫਿਰ ਬਾਅਦ 'ਚੋਂ ਪਤਾ ਲੱਗਦਾ ਕਿ ਉਹ ਮੂੰਹ ਮਿੱਠਾ ਕਰ ਦਿੰਦਾ, ਅੰਦਰ ਵੀ ਫਾਇਦਾ ਕਰਦਾ ਜਾ। ਸੋ ਮੇਰਾ ਸਿਰਫ ਕਹਿਣ ਤੋਂ ਮਤਲਬ ਇਹ ਹੈ ਵੀ ਜਦੋਂ ਆਦਮੀ ਮਨ ਨੂੰ ਮੁੱਖ ਰੱਖਦਾ ਨਾ, ਉਦੋਂ ਫਿਰ ਉਹ ਬੇਮੁਖੀ ਵਾਲੇ ਪਾਸੇ ਤੁਰਦਾ ਹੀ ਹੈ। ਗੁਰਮੁੱਖ ਸਨਮੁੱਖ, ਮਨਮੁੱਖ ਬੇਮੁਖੀ ਆ। ਸਗੁਰਾਂ ਨੇ ਹੁਕਮ ਦਿੱਤਾ ਕਿ ਮੂਰਖ ਜਿਹੜੇ ਨੇ ਉਹ ਸੱਚ ਨੂੰ ਨਹੀਂ ਜਾਣਦੇ। ਸੱਚ ਜਿਹੜਾ ਨਾ, ਜੋ ਕੁਛ ਮੈਨੂੰ ਸਮਝ ਆਈ ਹੈ, ਸੱਚ ਉਹ ਹੈ ਜਿਹੜਾ ਸਤਿਗੁਰੂ ਆਉਂਦਾ ਸੱਚ, ਦੂਜਾ ਸੱਚ ਕੋਈ ਨਹੀਂ। ਇੱਕ ਕਥਾ ਲਿਖੀ ਹੈ ਕਿ ਇੱਕ ਰਾਜਕੁਮਾਰ ਸੀ, ਉਹਦਾ ਵਿਆਹ ਹੋਇਆ, ਅਤੇ ਜਿਸ ਵੇਲੇ ਘਰ ਲੜਕੀ ਆਈ ਅਤੇ ਉਹ ਪਹਿਲੀ ਰਾਤੇ ਹੀ ਉਸ ਘਰ ਦੇ ਵਿੱਚ ਚੀਕ ਝਾੜਾ ਪੈ ਗਿਆ। ਪਤਾ ਲੱਗਾ ਕਿ ਉਹ ਰਾਜਕੁਮਾਰ ਜਿਹੜਾ ਉਹ ਮਰ ਗਿਆ, ਅਤੇ ਉਹ ਲੜਕੀ ਜਿਹੜੀ ਸੀ ਉਹਨੇ ਵੇਖਿਆ ਕਿ ਰਾਜਕੁਮਾਰ ਸੌਂ ਗਿਆ, ਅਤੇ ਮੇਰੀ ਤਲਵਾਰ ਤਾਂ ਵੇਖਾਂ ਕਿਸ ਤਰ੍ਹਾਂ ਦੀ ਹੈ। ਉਹ ਲਾਹ ਕੇ ਇਕੱਲੀ ਨਾਲ ਤਲਵਾਰ ਵੇਖਣ ਲੱਗੀ, ਤਲਵਾਰ ਬੜੀ ਲਿਸ਼ਕੀ ਜ਼ੋਰ ਨਾਲ ਉਹਦੇ ਹੱਥੋਂ ਛੁੱਟ ਗਈ, ਰਾਜਕੁਮਾਰ ਦੀ ਛਾਤੀ 'ਚ ਵੱਜੀ, ਉਹ ਮਰ ਗਿਆ। ਉਹ ਲੜਕੀ ਨੇ ਸੋਚਿਆ ਕਿ ਹੁਣ ਮੈਂ ਕੀ ਕਰਾਂ ਜਿਸ ਨਾਲ ਮੇਰਾ ਬਚਾਅ ਹੋਵੇ। ਉਹਨੇ ਇੱਕ ਮਨ ਵਿੱਚ ਘਾੜਤ ਘੜ ਕੇ ਇਹ ਆਖਿਆ ਕਿ ਇਸ ਵੇਲੇ ਉਹਨੂੰ ਪੁੱਛਿਆ, ਉਹਨੇ ਕਿਹਾ ਜਿਹੜਾ ਬਾਹਰ ਸਾਧ ਬੈਠਾ ਨਾ, ਉਹ ਅੰਦਰ ਪਤਾ ਨਹੀਂ ਕਿਸ ਤਰ੍ਹਾਂ ਆਇਆ, ਉਹਨੇ ਮੇਰੇ ਨਾਲ ਬੁਰੀ ਨਿਗਾਹ ਨਾਲ ਦੇਖਿਆ ਅਤੇ ਮੇਰੇ ਘਰ ਵਾਲੇ ਨੂੰ ਮਾਰ ਦਿੱਤਾ, ਅਤੇ ਉਹ ਫਿਰ ਚਲਾ ਗਿਆ, ਉਹਨੂੰ ਫੜ ਲਿਆ ਗਿਆ। ਜਿਹੜੇ ਫੜਿਆ ਅਤੇ ਵਜ਼ੀਰਾਂ ਨੇ ਆਖਿਆ ਰਾਜੇ ਨੂੰ ਭਈ ਇਹਨੂੰ, ਉਹਨੇ ਆਖਿਆ ਮਾਰ ਦੇਣਾ, ਉਹਨੇ ਆਖਿਆ ਮਾਰ ਨਾ ਇਹਨੂੰ, ਇਹਨੂੰ ਤੂੰ ਇਸ ਤਰ੍ਹਾਂ ਕਰ, ਇਹਦੀ ਜਿਸ ਬਾਂਹ ਨੇ ਜਿਸ ਹੱਥ ਨਾਲ ਇਹ ਮਾਰਿਆ ਨਾ, ਉਹ ਬਾਂਹ ਕੱਟ ਦੇ ਇਹਦੀ। ਉਹਦੀ ਬਾਂਹ ਕੱਟੀ ਗਈ। ਉਹ ਬੜਾ ਪਰੇਸ਼ਾਨ ਹੋਇਆ ਕਿ ਮੈਂ ਇਹ ਕਰਮ ਨਹੀਂ ਕੀਤਾ ਅਤੇ ਮੇਰੇ ਨਾਲ ਕਿਉਂ ਲੱਗ ਗਿਆ। ਉਹ ਇੱਕ ਉਸ ਆਦਮੀ ਕੋਲ ਗਿਆ ਜਿਹੜਾ 100 ਜਨਮ ਦੀ ਗੱਲ ਦੱਸਦਾ ਸੀ, ਕੋਈ ਜੋਤਸੀ, ਉਹਦੇ ਕੋਲ ਗਿਆ। ਉਹਨੇ ਆਖਿਆ ਮੈਨੂੰ ਇਹ ਦੱਸ ਕਿ ਮੈਂ ਇਹ ਕੰਮ ਨਹੀਂ ਕੀਤਾ ਅਤੇ ਇਹ ਮੇਰੇ ਨਾਲ ਕਿਉਂ ਇਹ ਭਾਣਾ ਵਰਤਿਆ। ਇੰਨੇ ਚਿਰ ਨੂੰ ਉਹ ਪੰਡਿਤ ਜਿਹੜਾ ਸੀ ਨਾ ਜੋਤਸੀ, ਉਹਦੇ ਘਰ ਵਾਲੀ ਆ ਗਈ, ਉਹਨੇ ਪੰਡਿਤ ਨੂੰ ਬਹੁਤ ਕੁਛ ਬੁਰਾ ਭਲਾ ਆਖਿਆ। ਉਹ ਕਹਿੰਦਾ ਮੈਂ ਆਪਣੀ ਗੱਲ 'ਤੇ ਫੇਰ ਕਰਾਂਗਾ, ਪਹਿਲਾਂ ਇਹ ਦੱਸ ਵੀ ਤੇਰੇ ਘਰ ਵਿੱਚ ਕੀ ਮਾਮਲਾ ਹੈ ਸਾਰਾ। ਉਹਨੇ ਆਖਿਆ ਵੀ ਮੇਰੇ ਪਿਛਲੇ ਜਨਮ ਵਿੱਚ ਮੈਂ ਉਹਨੂੰ ਦੁੱਖ ਦਿੱਤਾ, ਮੈਂ ਕਾਂ ਸਾਂ ਅਤੇ ਇਹ ਸੀ ਕੋਤੀ, ਮੈਂ ਇਹਦੇ ਲਾਗਾ ਲੱਗਾ ਸੀ ਅਤੇ ਉੱਥੋਂ ਚੂੰਟਦਾ ਰਹਿੰਦਾ ਸਾਂ, ਇਹ ਦੁਖੀ ਹੋ ਗਿਆ ਅਤੇ ਗੰਗਾ ਦੇ ਕੰਢੇ ਚਲੀ ਗਈ। ਮੈਂ ਉੱਥੇ ਖਾਣਾ ਲੱਭਦਾ ਲੱਭਦਾ ਉੱਥੇ ਪਹੁੰਚ ਗਿਆ ਉਹਦੇ ਕੋਲ। ਜਿਸ ਵੇਲੇ ਉੱਥੇ ਗਿਆ ਅਤੇ ਮੈਂ ਆਪਣੀ ਚੁੰਝ ਪਸਾਈ ਅਤੇ ਉਹਦਾ ਜਿਹੜਾ ਸੀ ਨਾ ਮਾਸ ਉਹ ਮੁੱਕ ਚੁੱਕਾ ਸੀ ਅਤੇ ਉਹਦੀਆਂ ਹੱਡੀਆਂ ਜਿਹੜੀਆਂ ਸਨ ਨਾ ਰੀੜ੍ਹ ਦੀਆਂ, ਉਹਨਾਂ ਵਿੱਚ ਮੇਰੀ ਚੁੰਝ ਫਸ ਗਈ। ਮੇਰੀ ਚੁੰਝ ਨਾ ਨਿਕਲੇ ਅਤੇ ਇਹ ਵੀ ਬੜੀ ਦੁਖੀ ਹੋਵੇ, ਇਹ ਡਿੱਗਦੀ ਡਿੱਗਦੀ ਗੰਗਾ ਦੇ ਪਾਣੀ ਵਿੱਚ ਜਾ ਕੇ ਡਿੱਗ ਪਈ, ਗੰਗਾ ਦੇ ਪਾਣੀ ਵਿੱਚ ਡਿੱਗ ਕੇ ਮਰ ਗਏ ਅਸੀਂ ਦੋਵੇਂ ਹੀ। ਗੰਗਾ ਦੇ ਪਾਣੀ ਦਾ ਆਸਰ ਇਹ ਹੋਇਆ ਕਿ ਸਾਨੂੰ ਮਨੁੱਖਾ ਜਨਮ ਮਿਲ ਗਿਆ, ਪਰ ਮੈਂ ਜੋ ਕੁਛ ਇਹਦੇ ਨਾਲ ਪਿਛਲੀ ਵਾਰ ਕੀਤਾ ਨਾ ਉਹ ਮੈਨੂੰ ਇਹਨੇ ਕਰਨਾ ਹੀ ਹੈ। ਸੰਤ ਮਿਰਜੇ ਵਾਲੀ ਜਿਹੜੇ ਸਨ ਨਾ, ਜਵਾਹਰ ਸਿੰਘ ਹੋਰੀ, ਉਹ ਆਪਣੇ ਪੁੱਤਰ ਨੂੰ ਰੋਟੀ ਪਕਾ ਕੇ ਦਿੰਦੇ ਸਨ। ਉਹਨੂੰ ਪੁੱਛਿਆ, ਸੰਤ ਜੀ ਤੁਸੀਂ ਆਪਣੇ ਪੁੱਤਰ ਨੂੰ ਰੋਟੀ ਪਕਾ ਕੇ ਦਿੰਦੇ, ਪੁੱਤਰ ਨਹੀਂ ਰੋਟੀ ਪਕਾਉਂਦਾ ਤੁਹਾਡੀ? ਉਹ ਕਹਿੰਦੇ ਨੇ ਮੈਂ ਪਿਛਲੇ ਜਨਮ 'ਚ 1 ਰੁਪਈਆ ਉਧਾਰਾ ਲਿਆ ਸੀ ਇਹਦੇ ਕੋਲੋਂ, ਮੈਂ ਵਾਪਸ ਨਹੀਂ ਸਾਂ ਕਰ ਸਕਿਆ, ਅਤੇ ਉਹ ਮੇਰਾ ਬਣਦਾ, ਮੈਂ ਇਹਨੂੰ ਦੇਣਾ ਹੀ, ਮੈਨੂੰ ਦੇਣਾ ਹੀ ਪੈਣਾ, ਇਸ ਤਰ੍ਹਾਂ ਹੀ ਕਰਾਂਗਾ ਮੈਂ। ਉਹਨੇ ਆਖਿਆ ਭਈ ਤੂੰ ਆਪਣੀ ਗੱਲ ਦੱਸੀ, ਮੈਨੂੰ ਦੱਸ। ਉਹਨੇ ਆਖਿਆ ਤੂੰ ਪਿਛਲੇ ਜਨਮ 'ਚ ਵੀ ਸਾਧ ਸੈਂ, ਤੂੰ ਬੈਠਾ ਤਪੱਸਿਆ ਕਰਦਾ ਸੈਂ, ਭਜਨ ਕਰਦਾ ਸੈਂ, ਮੈਂ ਸਿਰਫ ਇਹ ਦੱਸ ਰਿਹਾ ਕਿ ਸੱਚ ਉਹ ਹੈ ਜਿਹੜਾ ਜਿਹੜਾ ਸਤਿਗੁਰੂ ਆਖਦਾ, ਜਿਹੜਾ ਧਰਮ ਵਾਲੇ ਪਾਸੇ ਦੀ ਗੱਲ ਹੈ, ਸੱਚ ਉਹ ਹੁੰਦਾ।
सच जिहड़ा उह पाप बन जांदा, इक झूठ पुन बन जांदा, पर उह सतगुरू दे दर्शन मुताबक है। ਇਹ ਤੁਹਾਂ ਬਾਣੀ ਲਿਖੀਆਂ ਨੇ, ਮੰਦਾ ਕਿਸਨੂੰ ਆਖੀਆ ਜਾਂ ਤਿਸ ਬਿਨ ਕੋਈ ਨਾ ਹੈ। ਅਤੇ ਇਹ ਵੀ ਤੁਹਾਂ ਬਾਣੀ 'ਚ ਲਿਖੀਆਂ ਨੇ, ਜੋ ਨਾ ਸੁਣੈ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗੜ ਜਾਣ 'ਤੇ ਮੰਦਾ। ਉਹ ਸਤਿਗੁਰੂ ਨੇ ਦੱਸਣਾ, ਗੁਰ ਗਿਆਨ ਦੀਆ ਸਮਝਾਏ ਵਾਲੀ ਗੱਲ ਹੋਣੀ, ਤਾਂ ਹੋਣਾ ਪਤਾ ਲੱਗਣਾ ਇਸ ਚੀਜ਼ ਦਾ। ਉਹ ਉਹਨੇ ਆਖਿਆ, ਤੂੰ ਪਿਛਲੇ ਜਨਮ 'ਚ ਸਾਧੂ ਸੈਂ ਅਤੇ ਤੂੰ ਭਜਨ ਕਰਦਾ ਸੈਂ ਬੇਟਾ। ਇੱਕ ਗਾਂ ਕਸਾਈ ਉਹਦੇ ਮਗਰ ਲੱਗਾ ਹੋਇਆ, ਉਹ ਦੌੜਦੀ ਦੌੜਦੀ ਤੇਰੇ ਕੋਲੋਂ ਲੰਘ ਗਈ। ਉਹ ਕਸਾਈ ਨੇ ਆ ਕੇ ਪੁੱਛਿਆ ਵੀ ਇੱਥੇ ਗਾਂ ਲੰਘੀ ਹੈ ਕੋਈ, ਤੂੰ ਨਹੀਂ ਬੋਲਿਆ। ਉਹਨੇ ਫਿਰ ਆਖਿਆ, ਉਹਨੇ ਫਿਰ ਨਹੀਂ ਕੋਈ ਬੋਲਿਆ। ਅਖੀਰ ਉਹਨੇ ਬਹੁਤ ਤੈਨੂੰ ਤੰਗ ਕੀਤਾ ਅਤੇ ਬੋਲਿਆ, ਤੂੰ ਫਿਰ ਵੀ ਨਹੀਂ। ਇਹ ਬਾਂਹ ਜਿਹੜੀ ਸੀ ਨਾ, ਜਿਹੜੀ ਤੇਰੀ ਕੱਟ ਗਈ, ਇਹ ਤੂੰ ਗਾਂ ਵਾਲੇ ਪਾਸੇ ਕੀਤੀ ਸੀ, ਇੱਧਰ ਗਈ ਹੈ ਗਾਂ। ਉਹ ਗਾਂ ਜਿਹੜੀ ਉਹ ਰਾਜੇ ਦੀ ਲੜਕੀ ਬਣ ਗਈ, ਅਤੇ ਉਹ ਰਾਜਕੁਮਾਰ ਜਿਹੜਾ ਸੀ ਉਹਦੇ ਉਸਨੂੰ ਛਾਤੀ 'ਚ ਵੱਜੀ। ਅਤੇ ਤੂੰ ਪਿਛਲੇ ਜਨਮ 'ਚ ਸਾਰੂ ਸੈਂ, ਤੇਰਾ ਉਹ ਕੰਮ ਕੀਤਾ, ਸਿਰਫ ਤੇਰੀ ਉਹ ਬਾਂਹ ਕੱਟੀ ਗਈ ਜਿਹੜੀ ਤੂੰ ਗਾਂ ਵੱਲ ਕੀਤੀ, ਤਾਂ ਗਾਂ ਜਾ ਕੇ ਕਸਾਈ ਨੇ ਮਾਰ ਲਈ। ਉਹ ਮੂਰਖ ਜਿਹੜੇ ਨੇ ਉਹ ਸੱਚ ਨੂੰ ਨਹੀਂ ਜਾਣ ਸਕਦੇ, ਇਹ ਸਤਿਗੁਰੂ ਕਿਰਪਾ ਕਰਕੇ ਦੱਸਦਾ ਤਾਂ ਉਸਦਾ ਪਤਾ ਲੱਗਦਾ। ਜਦੋਂ ਆਦਮੀ ਦੁਖੀ ਅਤੇ ਸੁਖੀ ਹੁੰਦਾ, ਸਤਿਗੁਰਾਂ ਨੇ ਆਪਣੇ ਉਪਦੇਸ਼ 'ਚ ਆਖਿਆ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ, ਬਹੁਤ ਦੁੱਖ ਪਾਇਆ ਦੂਜਾ ਪਾਇਆ। ਜਦੋਂ ਦੁਆਇਤ ਆ ਕੇ ਵਿੱਚ ਲੱਗ ਗਿਆ ਤਾਂ ਆਦਮੀ ਉਦੋਂ ਦੁਖੀ ਹੋ ਜਾਂਦਾ। ਗੌੜੀ ਰਾਗ ਦੀਆਂ ਅਸ਼ਟਪਦੀਆਂ 'ਚ ਮੈਨੂੰ ਸਾਰਾ ਸ਼ਬਦ ਨਹੀਂ ਯਾਦ, ਬਹੁਤ ਲੰਬਾ ਸ਼ਬਦ ਲਿਖਿਆ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ। ਫਿਰ ਅਗਲੀਆਂ ਚਾਰ ਪੌੜੀਆਂ 'ਚ ਫਿਰ ਇਹ ਲਿਖਿਆ ਜਾ ਕੇ, ਇਸ ਮਾਰੀ ਮੈਨੂੰ ਥਾਇ ਨਾ ਪਰਾ, ਕੋਠ ਜਨਮ ਜਾਪ ਤਾਪ ਕਰੈ। ਇਹ ਠੀਕ ਅਤੇ ਲੁਖਾਂ ਲਿਖੀਆਂ ਨੇ, ਗੁਰਦੁਬ ਦਾ ਜਾਕੀ ਹੈ ਮਾਰੀ, ਕਹੋ ਨਾਨਕ ਸੋ ਬ੍ਰਹਮ ਵਿਚਾਰ। ਅਸੀਂ ਜਿਹੜੇ ਇੱਥੇ ਬੈਠੇ ਹਾਂ, ਅਸੀਂ ਇਹ ਵਿਚਾਰ ਕਰਨ ਵਾਸਤੇ ਬੈਠੇ ਹਾਂ ਵੀ ਸਾਡਾ ਕੰਮ ਕੀ ਹੈ, ਸਾਡਾ ਵਪਾਰ ਕੀ ਹੈ। ਸਾਡਾ ਵਪਾਰ ਹੈ ਰਾਮ ਨਾਮ ਧੰਨ ਲੱਭਿਆ, ਪਰ ਅਸੀਂ ਦੂਜੇ ਦੇ ਹੱਕਾਂ 'ਤੇ ਛਾਪਾ ਮਾਰਦੇ ਹਾਂ, ਉਹ ਵੇਖ ਲੱਦਣ ਵਾਲੇ ਜਿਹੜੇ ਨੇ ਉਹਨਾਂ ਵਿੱਚ ਅਸੀਂ ਜਾ ਵੜਦੇ ਹਾਂ ਇੱਥੇ ਬੈਠੇ ਬੈਠੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਉਪਦੇਸ਼ਾਂ 'ਚ ਵਾਰ ਵਾਰ ਸਾਨੂੰ ਇਸ ਚੀਜ਼ ਤੋਂ ਬਚਣ ਵਾਸਤੇ ਆਖਿਆ। ਇੱਥੇ ਦਮਦਮੇ ਵਿੱਚ ਵੱਸਦੇ ਨੇ ਸਿੰਘ, ਖੂਨਣਾ ਪਿੰਡ ਦੇ, ਜ਼ਿਲ੍ਹਾ ਫਿਰੋਜ਼ਪੁਰ ਦੇ। ਇਹਨਾਂ ਨੇ ਬਜ਼ੁਰਗ ਸਨ ਬਾਬਾ ਜੈਮਲ ਸਿੰਘ ਹੋਰੀ, ਉਹਨਾਂ ਦੇ ਦੋ ਲੜਕੇ ਸੋਭਾ ਸਿੰਘ ਅਤੇ ਭੈਰਵ ਸਿੰਘ। ਸੋਭਾ ਸਿੰਘ ਵੱਡਾ, ਭੈਰਵ ਸਿੰਘ ਛੋਟਾ ਸੀ। ਉਹਨਾਂ ਦੇ ਮੈਂ ਸਿਰਫ ਦੱਸਿਆ ਨਾ ਕਿ ਵੇਸ ਭੂਸ਼ਾ ਜਿਹੜੀ ਹੈ ਨਾ, ਉਹ ਸਗੁਰਾਂ ਦੇ ਹੁਕਮ ਅਨੁਸਾਰ ਅਸਾਂ ਕਰਨੀ ਹੈ, ਪਰ ਜਿਹੜਾ ਜਿਹੜਾ ਅੰਦਰ ਨਹੀਂ ਨਾ ਉਹ ਚੀਜ਼ ਆਉਂਦੀ, ਤਾਂ ਇਹਦਾ ਕੋਈ ਫਾਇਦਾ ਨਹੀਂ ਹੁੰਦਾ। ਸੱਚੇ ਪਾਤਸ਼ਾਹ ਦਾ ਵਿਦੇਸ਼ ਰਿਕਾਰਡ ਹੋਇਆ ਵੀ ਉਹਦਾ ਦਸਤਾਰਾ ਵੀ ਇਸ ਤਰ੍ਹਾਂ ਦਾ ਸੀ, ਐਂ ਮੋਟੀ ਜਿਹੀ ਪੱਗ ਬੰਨ੍ਹ ਛੱਡਣੀ, ਕਿਸੇ ਨੂੰ ਪਤਾ ਹੀ ਨਹੀਂ ਵੀ ਇਹ ਵੀ ਕੋਈ ਬੰਦਾ ਹੈਗਾ। ਪਰ ਇੰਨੀ ਵਿੱਦਿਆ ਪ੍ਰਾਪਤ ਸਗੁਰਾਂ ਨੇ ਉਹਨਾਂ ਨੂੰ ਕਰਾਈ, ਕਹਿਣ ਲੱਗੇ ਭੈਰੋਂ ਸਿਆਂ, ਭੈਰੋਂ ਤੋਂ ਬਚਨ ਬਹੁਤ ਮੰਨਦਾ ਸੀ ਉਹਨਾਂ ਦਾ, ਭੈਰੋਂ ਸਿਆਂ ਮੈਂ ਸਰੀਰ ਛੱਡ ਦੇਣਾ ਕੱਲ੍ਹ ਨੂੰ, ਤੂੰ ਜਾ ਕੇ ਰਿਸ਼ਤੇਦਾਰਾਂ ਨੂੰ ਪਤਾ ਦੇ ਦੇ। ਉਹਨੇ ਜਾ ਕੇ ਪਤਾ ਦੇ ਦਿੱਤਾ। ਜਿਸ ਵੇਲੇ ਉਹ ਰਿਸ਼ਤੇਦਾਰ ਆਏ, ਸਿਆਲ ਦਾ ਮਹੀਨਾ ਸੀ ਅਤੇ ਉਹ ਦੁਪਹਿਰੇ ਬੈਠੇ ਕੰਘਾ ਕਰਨ, ਅਤੇ ਇਸ ਤਰ੍ਹਾਂ ਹੋਇਆ ਵੀ ਸਵੇਰ ਦਾ ਜਿਹੜਾ ਵਿਹੜਾ ਹੋਇਆ ਨਾ, ਸੰਤਾਂ ਨੇ ਆਖਿਆ ਬਾਹਰ ਵੇਖ ਭੈਰੋਂ ਸਿਆਂ ਕੀ ਵਕਤ ਹੋਇਆ। ਉਹਨੇ ਆਖਿਆ ਜੀ ਤਾਰਾ ਚੜ੍ਹ ਗਿਆ। ਉਹਨੇ ਆਖਿਆ ਅੱਛਾ, ਅੱਜ ਦਿਨ ਚੜ੍ਹ ਗਿਆ, ਅੱਜ ਨਹੀਂ ਸਰੀਰ ਛੱਡਦੇ, ਕੱਲ੍ਹ ਨੂੰ ਛੱਡਾਂਗੇ। ਅਤੇ ਉਹ ਜਿਸ ਵੇਲੇ ਆਏ ਸਾਰੇ ਜਵਾਈ ਅਤੇ ਹੋਰ ਰਿਸ਼ਤੇਦਾਰ, ਉਹਨਾਂ ਨੇ ਆਖਿਆ ਭੈਰੋਂ ਸਿਆਂ ਇਹ ਤਾਂ ਬੁੱਢਾ, ਇਹਦੀ ਮੱਤ ਮਾਰੀ ਹੈ, ਤੂੰ ਵੀ ਇਸ ਤਰ੍ਹਾਂ ਦੇ ਹੋ ਗਏ, ਤੈਨੂੰ ਇਹ ਚੰਗਾ ਭਲਾ ਕੰਘਾ ਕਰਦਾ ਬੈਠਾ। ਉਹਨੇ ਆਖਿਆ ਵੀ ਕੱਲ੍ਹ ਨੂੰ ਸਰੀਰ ਛੱਡ ਦਿਆਂਗੇ, ਜਿਹੜਾ ਨਾ ਆਏਗਾ ਪਛਤਾਏਗਾ। ਉਹ ਉਸ ਚੀਜ਼ ਨੂੰ ਸਮਝ ਨਹੀਂ ਸਕਦੇ, ਜਿਹੜੇ ਮੂਰਖ ਨੇ ਉਹ ਸੱਚ ਨੂੰ ਨਹੀਂ ਸਮਝ ਸਕਦੇ। ਉਹ ਸੱਚ ਕਹਿ ਰਿਹਾ ਸੀ, ਆਖਣ ਲੱਗੇ ਜਾ ਵੇਖ ਕੇ ਆ ਕੀ ਵਕਤ ਹੋਇਆ। ਭੈਰੋਂ ਸਿੰਘ ਬਾਹਰ ਵਕਤ ਵੇਖਣ ਗਿਆ, ਆਉਂਦੇ ਨੇ ਸਰੀਰ ਛੱਡ ਦਿੱਤਾ। ਇਹ ਇਸ ਕਲਾਸ 'ਚ ਬੈਠ ਕੇ, ਇਸ ਜਗ੍ਹਾ 'ਚ ਬੈਠ ਕੇ ਅਸਾਂ ਇਹ ਵੇਖਣਾ ਕਿ ਅਸੀਂ ਇਸ ਸੰਸਾਰ 'ਤੇ ਆਏ ਹਾਂ, ਕਿਸ ਕੰਮ ਲਈ ਆਏ ਹਾਂ। ਮਨੁੱਖਾ ਜਨਮ 'ਤੇ ਮਿਲਦਾ ਹੀ ਨਹੀਂ, ਤਰਲੇ ਕਰਦੇ ਫਿਰਦੇ ਨੇ ਲੋਕ, ਪੁੱਤਰ ਨਹੀਂ ਮਿਲਦੇ, ਧੀਆਂ ਨਹੀਂ ਮਿਲਦੀਆਂ, ਬੜੇ ਪਾਪੜ ਵੇਲਦੇ ਨੇ, ਬੜਾ ਕੁਛ ਕਰਦੇ ਨੇ, ਡਾਕਟਰਾਂ ਕੋਲ ਜਾਂਦੇ ਨੇ, ਸੰਤਾਂ ਸਾਧੂਆਂ ਕੋਲ ਜਾਂਦੇ ਨੇ। ਉਹ ਮਨੁੱਖ ਜਨਮ ਜਿਹੜਾ ਇਸ ਤਰ੍ਹਾਂ ਨਹੀਂ ਮਿਲਦਾ, ਉਹ ਮਿਲਿਆ ਸਾਨੂੰ ਗੁਰਸੇਵਾ ਅਤੇ ਭਗਤ ਕਮਾਈ। ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹਿ ਦੇਵ। ਦੇਵਤੇ ਵੀ ਤਰਸਦੇ ਨੇ ਇਸ ਸਰੀਰ ਨੂੰ। ਤੋ ਦੇਹੀ ਭਜ ਹਰ ਕੀ ਸੇਵ। ਕਿੰਨਾ ਚਿਰ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਕਲ ਗਈ ਪਈ ਨਹੀਂ ਬਾਣੀ, ਭਜ ਲੇ ਰੇ ਮਨ ਸਾਰਿੰਗ ਪਾਣੀ। ਆਪਣਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਜੇ ਬਾ ਭਜਨ ਸ਼ੁੱਧ ਨਹੀਂ ਨਿਕਸਾ, ਤਬ ਰੇ ਧਰਮ ਕੀ ਆਸ ਕਰੈ। ਸੋ ਇੱਥੇ ਬੈਠ ਕੇ ਜੋ ਇੱਥੇ ਬਿਰਤੀ ਬਣੀ ਹੈ, ਇਹਨੂੰ ਘਰ ਲਿਜਾ ਕੇ ਸਾਂਭ ਕੇ ਰੱਖ ਕੇ, ਤੜਕੇ ਉੱਠ ਕੇ ਭਜਨ ਕਰਕੇ ਅਰਦਾਸ ਕਰਿਆ ਕਰੋ, ਬਖਸ਼ਿਸ਼ ਮੰਗਿਆ ਕਰੋ ਸਤਿਗੁਰਾਂ ਦੇ ਚਰਨਾਂ 'ਚੋਂ। ਸਾਡੀਆਂ ਕਰਨੀਆਂ ਨਾਲ ਭਾਈ ਗੁਰਦਾਸ ਜੀ ਨੇ ਲਿਖਿਆ, ਆਪਣੀ ਕਰਨੀ ਕਰ ਨਰਕ ਹੂਨਾ ਪਾਵਾ ਉਠਾਓ।
ਤੁਮਰੇ ਬਿਰਧ ਕੋ ਆਸਰੋ ਸੰਭਾਰ ਹੋ। ਸਾਰਾ ਕੁਛ ਕਰਕੇ ਅਤੇ ਇਹ ਹੀ ਅਰਜ ਕਰਨੀ ਹੈ ਵੀ ਸਾਡੇ ਕੋਲ ਕੁਛ ਨਹੀਂ ਹੁੰਦਾ, ਅਸੀਂ ਕੁਛ ਕਰਨ ਜੋਗੇ ਨਹੀਂ। ਸਤਿਗੁਰੂ ਕਿਰਪਾ ਕਰ ਅਤੇ ਸਾਡਾ ਮਨੁੱਖ ਜਨਮ ਜਿਹੜਾ ਨਾ, ਜਿਸ ਵਾਸਤੇ ਇੱਥੇ ਆਏ ਹਾਂ ਸੰਸਾਰ 'ਤੇ, ਇਹ ਸਫਲ ਹੋਵੇ। ਇੱਥੋਂ ਜਦੋਂ ਜਾਣਾ ਹੈ, ਲੇਖਾ ਦੇਣਾ ਸੁਹੇਲਾ, ਜੋ ਦਿਲ ਸੂਚੀ ਹੋਏ, ਉਸ ਸੱਚੇ ਦੀਵਾਨ ਮੈਂ ਪਲਾਂ ਨਾ ਪਕੜਿਆ ਹੋਏ। ਉਹ ਜਿਹੜਾ ਸੱਚਾ ਦੀਵਾਨ, ਸੱਚੀ ਦਰਗਾਹ ਹੈ ਸਤਿਗੁਰਾਂ ਦੀ, ਉੱਥੇ ਕੋਈ ਇਹ ਨਾ ਆਖੇ ਵੀ ਤੂੰ ਕਿੱਧਰ ਆਇਆ, ਚੱਲ ਇੱਥੋਂ ਪਰਾਂ ਜਾ। ਇਹਦੇ ਵਾਸਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਬਹੁਤ ਕਿਰਪਾ ਕੀਤੀ, ਆਪਣੇ ਉਪਦੇਸ਼ਾਂ 'ਚ ਬੜਾ ਕੁਛ ਦੱਸਿਆ ਤੁਹਾਨੂੰ। ਅੱਜ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਨ ਹੈ। ਸਤਿਗੁਰਾਂ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੇ ਤੋਂ ਬਾਅਦ ਜਿਹੜੇ ਮੇਰੇ ਵੇਲੇ 1,25,000 ਪਾਠ ਸ਼ੁਰੂ ਹੋਏ ਸਨ, ਉਹ ਕਰੀਬ ਸੰਪੂਰਨ ਹੋ ਗਏ ਨੇ ਅਤੇ ਇਸ ਅੱਸੂ ਦੇ ਮੇਲੇ 'ਤੇ ਉਹਨਾਂ ਦੇ ਭੋਗ ਪਾਏ ਜਾਣਗੇ। ਪਰ ਇਹ ਪਾਠ ਅਸਾਂ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਵਿੱਚ ਕੀਤੇ ਨੇ ਅਤੇ ਅੱਗੋਂ ਹਟਣਾ ਨਹੀਂ ਕਰਨੇ, ਜਿੰਨਾ ਚਿਰ ਸਤਿਗੁਰਾਂ ਦੇ ਦਰਸ਼ਨ ਨਹੀਂ ਹੋਣੇ। ਸਤਿਗੁਰਾਂ ਦੇ ਦਰਸ਼ਨ ਅਵਸ਼ ਹੋਣੇ ਨੇ। ਇਹ ਇਸ ਤਰ੍ਹਾਂ ਲੱਗਦਾ ਜਿਵੇਂ ਨਾ ਇੱਥੇ ਹੁਣ ਤੁਹਾਡੇ ਬਿਲਕੁਲ ਧੁੱਪ ਲੱਗੀ ਹੈ ਅਤੇ ਆਕਾਸ਼ ਨਿਰਮਲ ਹੈ, ਪਰ ਕੋਈ ਉਹ ਥਾਂ ਜਿੱਥੇ ਮੀਂਹ ਪੈਂਦਾ, ਜਾਂ ਇੱਥੇ ਮੀਂਹ ਪੈਂਦਾ ਹੋਵੇ ਅਤੇ ਇੰਨਾ ਮੀਂਹ ਪਵੇ ਜਿਹੜਾ ਬਦਲ ਚਾਰ ਫੇਰ ਚੁੱਕਿਆ ਹੋਵੇ, ਤਾਂ ਲੱਗਦਾ ਕਿ ਸਾਰੇ ਸੰਸਾਰ 'ਚ ਮੀਂਹ ਪੈਂਦਾ। ਇਸ ਤਰ੍ਹਾਂ ਹੁੰਦਾ ਨਹੀਂ। ਮਾਧਵੇ ਕਿਆ ਕਹੀਏ ਭਰਮ, ਐਸਾ ਜੈਸਾ ਮਾਨੀਆ ਹੋਏ ਨਾ ਤੈਸਾ, ਜਿਸ ਤਰ੍ਹਾਂ ਅਸੀਂ ਮੰਨਦੇ ਹਾਂ ਇਸ ਤਰ੍ਹਾਂ ਨਹੀਂ ਹੁੰਦਾ, ਇਹ ਉਹ ਹੋਰ ਤਰ੍ਹਾਂ ਹੁੰਦਾ। ਤੁਹਾਨੂੰ ਪਤਾ ਜਦੋਂ ਪਾਕਿਸਤਾਨ ਬਣਿਆ, ਸਤਿਗੁਰਾਂ ਨੇ ਹੁਕਮ ਦਿੱਤਾ ਨਿਕਲਿਆ ਉਹ ਨਿਕਲਿਆ, ਤਾਂ ਉਸ ਵੇਲੇ ਸਾਡਾ ਜੀਤ ਹੀ ਕਰਦਾ, ਇਹ ਕਿਸ ਤਰ੍ਹਾਂ ਹੋ ਸਕਦਾ? ਬੰਦੇ ਬਦਲਣਗੇ, ਸਰਕਾਰ ਹੀ ਬਦਲੇਗੀ, ਬੰਦਿਆਂ ਦੀ ਕੀ ਬਦਲਣ ਦੀ ਲੋੜ ਹੈ? ਪਰ ਸਤਿਗੁਰਾਂ ਨੇ ਜੋ ਕੁਛ ਦੱਸਿਆ ਸੀ ਉਹ ਕਰਨਾ ਹੀ ਪਿਆ, ਜਿਹੜੇ ਨਹੀਂ ਜਿਹਨੇ ਨਹੀਂ ਕੀਤਾ ਉਹ ਦੁਖੀ ਹੋਏ। ਇਸੇ ਵਾਸ ਇਸ ਤਰ੍ਹਾਂ ਹੀ ਮੈਂ ਤੁਹਾਨੂੰ ਅਰਜ਼ ਕਰਨੀ ਕਿ ਸਤਿਗੁਰਾਂ ਨੇ ਹੁਕਮ ਦਿੱਤਾ ਕਿ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਹੋਣੇ ਨੇ, ਉਹ ਹੋਣੇ ਹੀ ਹੋਣੇ ਨੇ, ਉਹਨਾਂ ਚਿਰ ਤੱਕ ਹਾਂ ਪਾਠ ਇਹ ਜ਼ਰੂਰ ਕਰਨੇ ਨੇ। ਸਾਰੇ ਜਿੰਨੇ ਸੂਬੇ ਦੇ ਜਥੇਦਾਰ ਨੇ, ਉਹ ਆਪਣੇ ਆਪਣੇ ਇਲਾਕੇ ਦੇ ਪਾਠੀਆਂ ਦੇ ਨਾਂ ਲਿਖ ਕੇ ਪਾਠ ਪ੍ਰਬੰਧਕਾਂ ਨੂੰ ਦੇਣ, ਅਤੇ ਇੱਕ ਉਹ ਪਾਠ ਕਰਨ ਜਿਹੜੇ ਘਰਾਂ ਵਿੱਚ ਕਰਨਗੇ, ਸਾਰੀ ਦੀ ਸਾਰੀ ਭੀੜ ਰੱਖ ਕੇ ਆਪਣੇ ਕੋਲ ਪਾਠ ਕਰਨਗੇ। ਅਤੇ ਇਸੇ ਤਰ੍ਹਾਂ ਹੀ ਕੁਝ ਸਰੀਰ ਹੋਣ ਜਿਹੜਿਆਂ ਦੀ ਅਸੀਂ ਸੇਵਾ ਕਰਾਂਗੇ, ਭੈਣੀ ਸਾਹਿਬ ਆ ਕੇ ਪਾਠ ਕਰਨ, ਤਾਂ ਕਿ ਇੱਕ ਅਗਲਾ ਪਾਠ ਜਿਹੜਾ ਉਹ ਇਹ 1,25,000 ਤੋਂ ਬਾਅਦ ਸ਼ੁਰੂ ਕਰ ਲਿਆ ਜਾਵੇ। ਤੁਹਾਨੂੰ ਪਤਾ ਤੁਸੀਂ ਜਦੋਂ ਕਣਕ ਵੱਢ ਲੈਂਦੇ ਹੋ ਨਾ, ਅਤੇ ਫਿਰ ਤੁਸੀਂ ਇਹ ਨਹੀਂ ਸੋਚਦੇ ਵੀ ਚਲੋ ਹੁਣ ਕਣਕ ਵੱਢ ਲਈਏ, ਫਿਰ ਇਹਨੇ ਝੋਨਾ ਬੀਜ ਲਈਏ, ਝੋਨਾ ਵੱਢਿਆ ਤਾਂ ਫਿਰ ਕਣਕ ਬੀਜ ਲਈਏ। ਇਸ ਵਾਸਤੇ ਆਦਮੀ ਲੱਗਾ ਹੀ ਰਹਿੰਦਾ, ਜੈਸੇ ਆਪਣੇ ਤਨੈ ਪ੍ਰਾਣੀ ਮਰਨ ਮਾਂਡਾ, ਤੈਸੇ ਸੰਤ ਜਨਾ ਰਾਮ ਨਾਮ ਨਾ ਛੱਡਾ। ਸਗੜੇ ਹੋ ਕੇ ਉਹ ਨਾਂ ਲਿਖਾਓ। ਇੱਕ ਚੰਡੀ ਦੀ ਵਾਰ ਦਾ ਪਾਠ ਸਤਿਗੁਰੂ ਰਾਮ ਸਿੰਘ ਨੇ ਬਹੁਤ ਮਹਾਤਮ ਲਿਖਿਆ ਇਸਦਾ, ਇਹ ਜ਼ਰੂਰ ਕਰਿਆ ਕਰੋ। ਚੰਡੀ ਦੀ ਵਾਰ ਦਾ ਪਾਠ ਉਸ ਵੇਲੇ ਕਰਨਾ ਜਿਸ ਵੇਲੇ ਸੂਰਜ ਦੀ ਟਿੱਕੀ ਨਿਕਲਦੀ ਨਾਲ ਇਹਦਾ ਭੋਗ ਪੈ ਜਾਣਾ। ਉਦੋਂ ਪਹਿਲਾਂ ਘੰਟਾ ਉੱਠੋਗੇ, ਇਸ਼ਨਾਨ ਕਰੋਗੇ ਹੀ ਨਾ, ਇਸ਼ਨਾਨ ਕਰਕੇ ਚੰਡੀ ਦੀ ਵਾਰ ਦਾ ਪਾਠ ਜ਼ਰੂਰ ਕਰਿਆ ਕਰੋ। ਅਤੇ ਜਿਹੜਾ ਤੁਹਾਡੇ ਆਖੇ ਲੱਗੇ ਉਹਨੂੰ ਜ਼ਰੂਰ ਆਖਿਆ ਕਰੋ ਵੀ ਉਹ ਵੀ ਕਰਿਆ ਕਰੇ। ਤੁਹਾਨੂੰ ਪਤਾ ਜਿਹੜੇ ਸਾਬਣਾਂ ਦੇ ਇਸ਼ਤਿਹਾਰ ਹੋਰ ਕੱਪੜੇ ਦਾ, ਉਹ ਫਿਰ ਕਹਿੰਦੇ ਨੇ ਲੈ ਵੀ ਤੂੰ ਆਹ ਕੱਪੜਾ ਖਰੀਦ ਲੈ, ਦੂਜਿਆਂ ਨੂੰ ਵੀ ਦੱਸੀਗਾ ਕੱਪੜਾ ਕਿੱਡਾ ਵਧੀਆ। ਇਸੇ ਤਰ੍ਹਾਂ ਹੀ ਤੁਸੀਂ ਦੂਸਰਿਆਂ ਨੂੰ ਵੀ ਆਖਿਆ ਕਰੋ ਵੀ ਚੰਡੀ ਦੀਵਾਰ ਦਾ ਪਾਠ ਕਰੋ ਸਵੇਰੇ ਤੜਕੇ ਉੱਠ ਕੇ, ਅਤੇ ਸਤਿਗੁਰਾਂ ਨੇ ਚਰਨਾਂ 'ਚ ਅਰਦਾਸ ਕਰਕੇ ਬਖਸ਼ਿਸ਼ ਮੰਗਿਆ ਕਰੋ। ਇਸ ਮੇਲੇ ਵਿੱਚ ਖਾਸ ਕਰਕੇ ਇਲਾਹਾਬਾਦ ਵਾਲੇ ਨੌਜਵਾਨਾਂ ਨੇ ਬਹੁਤ ਸੇਵਾ ਕੀਤੀ ਹੈ। ਕੁਛ ਸਮਾਂ ਐਸਾ ਆਇਆ ਸੀ ਜਿਸ ਵੇਲੇ ਇਲਾਹਾਬਾਦ ਵਾਲੇ ਸਾਰੇ ਬਾਜ਼ਾਰਾਂ ਵਿੱਚ ਤੜਕੇ 4 ਵਜੇ ਉੱਠ ਕੇ ਝਾੜੂ ਦਿੰਦੇ ਸਨ। ਅੱਜ ਉਸ ਤਰ੍ਹਾਂ ਦਾ ਨਹੀਂ ਕਰਦੇ, ਪਰ ਫਿਰ ਵੀ ਉਹਨਾਂ ਨੇ ਸੇਵਾ ਬਹੁਤ ਕੀਤੀ ਹੈ ਇੱਥੇ ਆ ਕੇ। ਅਤੇ ਤੁਸੀਂ ਵੇਖਿਆ ਇੱਥੇ ਨਹਿਰ ਦੇ ਉੱਤੇ ਪੁਲ, ਥੋੜ੍ਹੇ ਚਿਰ 'ਚ ਉਹਨਾਂ ਨੇ ਝਟਪਟ ਬਣਾ ਤਾ। ਇਹਨਾਂ ਦਾ ਬਜ਼ੁਰਗ ਹੈਗਾ ਸੀ ਤਰਲੋਕ ਸਿੰਘ, ਕੋਈ ਖਾਲ ਡੰਡੀਆਂ ਦੇ ਉੱਤੇ ਜਿਹੜੇ ਲੰਘਦੇ ਸਨ ਉਹ ਉਹਨੇ ਨਹੀਂ ਛੱਡਿਆ। ਉਹਨਾਂ ਨੇ ਛੋਟੀ ਛੋਟੀ ਪੁੜੀਆਂ ਬਣਾਈਆਂ ਸੀ ਵੀ ਜਦੋਂ ਬੰਦੇ ਤੇ ਲੰਘ ਜਾਂਦੇ ਨੇ, ਮਾਈਆਂ ਦੇ ਪਜਾਮੇ ਭੇਜ ਜਾਂਦੇ ਨੇ, ਉਹਨੇ ਇਸ ਗੱਲ ਦਾ ਖਿਆਲ ਕਰਕੇ ਬਹੁਤ ਸਾਰੇ ਪੁਲ ਬਣਾਏ ਸਨ, ਪਰ ਇਹਨਾਂ ਨੇ ਇਸ ਪੁਲ ਸਤਿਗੁਰਾਂ ਦੀ ਕਿਰਪਾ ਨਾਲ ਬਣਾਇਆ। ਅਤੇ ਜਸ ਜੀਵਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਅੱਜ ਪ੍ਰਕਾਸ਼ ਦਿਨ ਹੈ। ਇਹ ਨਿਯਮ ਕਰਕੇ ਜਾਓ ਵੀ ਜਸ ਜੀਵਨ ਸਤਿਗੁਰਾਂ ਦੇ ਬਚਨ ਲਿਖੇ ਨੇ, ਸਤਿਗੁਰਾਂ ਦੀ ਉਸਤ ਲਿਖੀ ਆ, ਉਹ ਪੜ੍ਹਿਆ ਕਰੋ। ਲਿਖੀ ਕਿਸ ਤਰ੍ਹਾਂ ਹੈ? ਇਸ ਤਰ੍ਹਾਂ ਨਹੀਂ ਲਿਖੀ ਵੀ ਉਹ ਇੱਕ ਲਿਖਾਰੀ ਬਣ ਕੇ ਉਹਨੇ ਲਿਖੀ, ਉਹਨੇ ਇੱਕ ਸਤਿਗੁਰੂ ਦਾ ਸਿੱਖ ਬਣ ਕੇ, ਸੇਵਕ ਬਣ ਕੇ, ਸੰਤ ਬਣ ਕੇ, ਉਸ ਥਾਂ ਵਿੱਚ ਜਾ ਕੇ ਅਰਦਾਸਾਂ ਕਰ ਕਰਕੇ ਵੀ ਸੱਚੇ ਪਾਤਸ਼ਾਹ ਮੈਂ ਤੇਰਾ ਜਸ ਲਿਖਣ ਲੱਗਾ, ਮੇਰਾ ਮਨ ਜਸ ਲਿਖਣ ਵਾਲਾ ਬਣਾ। ਉੱਥੇ ਬਹਿ ਕੇ ਲਿਖੀ ਉਹਨਾਂ ਨੇ, ਸੰਤ ਤਰਨ ਸਿੰਘ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ। ਉਹਨਾਂ ਦੀ ਮਿਹਨਤ ਦਾ ਆਪਾਂ ਵੀ ਕੋਈ ਫਾਇਦਾ ਉਠਾਈਏ? ਉਹ ਤਾਂ ਆਪਣੀ ਗੱਲ ਕਰ ਗਏ, ਆਪਣੇ ਝੰਡੇ ਗੱਡ ਗਏ ਨੇ। ਆਪਾਂ ਵੀ ਜਿਹੜੇ ਛੈਲ ਲੰਘਾਉਂਦੇ ਪਾਰ ਗੋਰੀ ਮਨ ਧੀਰਿਆ, ਜਿਹੜੇ ਬੰਦੇ ਲੰਘਦੇ ਨਾ ਦਰਿਆ ਵੀ ਜੀ, ਕਾਨੇ ਘੱਟ ਜਾਂਦੇ ਨੇ ਵੀ ਇੱਥੋਂ ਲੰਘਿਓ, ਪਾਣੀ ਥੋੜ੍ਹਾ ਸੌਖੇ ਲੰਘ ਜਾਓਗੇ। ਤਾਂ
ਜਸ ਜੀਵਨ ਜ਼ਰੂਰ ਪੜ੍ਹਿਆ ਕਰੋ। ਪਾਠਾਂ ਵਾਸਤੇ ਮੈਂ ਫਿਰ ਅਰਜ਼ ਕਰਦਾ ਵੀ ਇੱਕ ਇੱਕ ਪਾਠ ਹਰ ਮਹੀਨੇ ਦਾ ਜਿੰਨਾ ਤੁਸੀਂ ਕਰੋ, ਇਦੋਂ ਵੱਧ ਕਰੋ, ਚਾਹੀਦਾ ਤਾਂ ਵੀ ਘੱਟੋ ਘੱਟ ਇੱਕ ਮਹੀਨੇ ਦੇ ਚਾਰ ਪਾਠ ਹੋਣ। ਇਸੇ ਤਰ੍ਹਾਂ ਹੀ ਭੈਣੀ ਸਾਹਿਬ ਆ ਕੇ ਵੀ ਉੱਥੇ ਪਾਠ ਕੀਤੇ ਜਾਣ। ਉਹ ਆਪੋ ਆਪਣੇ ਸੂਬਿਆਂ ਜਥੇਦਾਰਾਂ ਨੂੰ ਨਾਲ ਖਾ ਦਿੰਦੇ, ਕਿਹੜੇ ਸਰੀਰ ਭੈਣੀ ਸਾਹਿਬ ਆਉਣਗੇ, ਕਿੰਨੇ ਆਉਣਗੇ ਪਾਠ ਕਰਨ ਵਾਸਤੇ, ਘਰਾਂ ਵਿੱਚ ਕਿੰਨੇ ਕਰਨਗੇ। ਇਹ ਆਪੋ ਆਪਣੇ ਪ੍ਰਬੰਧਕਾਂ ਨੂੰ ਜ਼ਰੂਰ ਨਾਮ ਲਿਖਾਓ ਅਤੇ ਦਸਵੰਧ ਜ਼ਰੂਰ ਕੱਢਿਆ ਕਰੋ ਤਗੜੇ ਹੋ ਕੇ। ਜਿਸ ਵੇਲੇ ਆਦਮੀ ਜਿਸ ਵੇਲੇ ਜਾਨਵਰ ਬਣਦਾ ਨਾ, ਉਹਦੇ ਦੋ ਖੰਭ ਬਣ ਜਾਂਦੇ ਨੇ, ਦੋਵਾਂ ਖੰਭਾਂ ਨਾਲ ਹੀ ਉੱਠਦਾ ਉਹ। ਇਸੇ ਤਰ੍ਹਾਂ ਹੀ ਦੁੱਖ ਅਤੇ ਸੁੱਖ ਦੋਵੇਂ ਖੰਭ ਨੇ ਬੰਦੇ ਦੇ। ਇਹ ਸੰਸਾਰ ਦੇ ਉੱਤੇ ਜਿਹੜਾ ਬੰਦਾ ਆਉਂਦਾ ਨਾ, ਉਹਨੂੰ ਨਾਲ ਲੈ ਕੇ ਹੀ ਆਉਣੇ ਪੈਂਦੇ ਨੇ। ਕਿਸੇ ਵੇਲੇ ਸਰੀਰ ਢਿੱਲਾ ਹੋ ਗਿਆ, ਕਿਸੇ ਵੇਲੇ ਰਾਜੀ ਹੋ ਗਿਆ, ਕਿਸੇ ਵੇਲੇ ਵਿਹਾਰ ਚੰਗਾ ਹੋ ਗਿਆ, ਕਿਸੇ ਵੇਲੇ ਘੱਟ ਹੋ ਗਿਆ। ਪਰ ਜਿਹੜਾ ਭਜਨ ਬਾਣੀ ਵਾਲਾ ਪਾਸਾ ਨਾ, ਇਹ ਕਦੇ ਨਹੀਂ ਛੱਡਣਾ ਚਾਹੀਦਾ। ਜਿਹੜੇ ਤਾਪ ਚੜਿਆ ਹੋਇਆ ਨਾ ਦੁਕਾਨਦਾਰ ਨੂੰ, ਬਜਾਜੀ ਦੀ ਦੁਕਾਨ 'ਤੇ ਜਾ ਕੇ ਬਹਿ ਹੀ ਜਾਂਦਾ ਵੀ ਮੈਂ ਅੱਜ ਦੀ ਮੇਰੀ ਦਿਹਾੜੀ ਨਾ ਕਿਤੇ ਐਵੇਂ ਜਾਵੇ। ਭਾਈ ਵਜੀਰ ਸਿੰਘ ਨੇ ਦੱਸਿਆ, ਇੱਕ ਮਾਈ ਹੁੰਦੀ ਸੀ, ਉਹ ਆਉਂਦੀ ਸੀ ਭਾਈ ਵਜੀਰ ਸਿੰਘ ਨੇ ਨਾ ਇੱਕ ਦਿਨ ਪਾਠ ਨਾ ਕੀਤਾ, ਕਹਿੰਦਾ ਤੂੰ ਅੱਜ ਨਿਤਨੇਮ ਨਹੀਂ ਕੀਤਾ, ਤੈਨੂੰ ਰੋਟੀ ਕਿਵੇਂ ਸਵਾਦ ਲੱਗੀ ਹੈ। ਇਹ ਉਹਨਾਂ ਦੀ ਗੱਲ ਹੈ ਜਿਹੜੇ ਇੱਥੇ ਪਹੁੰਚ ਜਾਂਦੇ ਨੇ। ਤੋ ਇਸੇ ਤਰ੍ਹਾਂ ਹੀ ਉਹ ਦਸਵੰਧ ਜ਼ਰੂਰ ਕੱਢਿਆ ਕਰੋ। ਜਿਹੜੇ ਰੋਕਣ ਵਾਲੇ ਨੇ ਨਾ, ਉਹਨਾਂ 'ਤੇ ਨਫ਼ਰਤ ਨਾ ਕਰਿਆ ਕਰੋ। ਜਿਹੜੇ ਭਜਨ ਬਾਣੀ ਤੋਂ ਰੋਕਦੇ ਨੇ, ਦਸਵੰਧ ਤੋਂ ਰੋਕਦੇ ਨੇ, ਉਹਨਾਂ 'ਤੇ ਕਦੇ ਨਫ਼ਰਤ ਨਾ ਕਰੋ। ਸਗੁਰਾਂ ਦੇ ਚਰਨਾਂ 'ਚ ਅਰਦਾਸ ਕਰਕੇ ਬਖਸ਼ਿਸ਼ ਆਪਣੇ ਵਾਸਤੇ ਵੀ, ਉਹਨਾਂ ਵਾਸਤੇ ਵੀ ਮੰਗੋ। ਕਦੇ ਕਿਸੇ ਦਾ ਬੁਰਾ ਨਾ ਮੰਗੋ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਉਹਨਾਂ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ ਕਿ ਮੈਂ ਦਰਗਾਹ ਵਿੱਚ ਗਿਆ, ਅਕਾਲ ਪੁਰਖ ਨੇ ਆਖਿਆ ਵੀ ਤੂੰ ਤਖ਼ਤ 'ਤੇ ਬੈਠ, ਅਤੇ ਮੈਨੂੰ ਆਖਿਆ ਵੀ ਤੂੰ ਕੁਝ ਮੰਗ, ਅਤੇ ਮੈਂ ਆਖਿਆ ਵੀ ਤੁਹਾਡਾ ਦਿੱਤਾ ਬੜਾ ਕੁਝ, ਸਾਰਾ ਕੁਝ। ਮੈਂ ਆਖਿਆ ਨਹੀਂ, ਫਿਰ ਵੀ। ਸਤਿਗੁਰਾਂ ਨੇ ਆਖਿਆ ਵੀ ਵਣ ਤ੍ਰਿਣ ਪਸ਼ੂ ਪੰਛੀ ਜੀਵ ਜੰਤ ਜਿੰਨੇ ਨੇ ਸਾਰੇ ਤੇਰਾ ਨਾਮ ਜਪਦੇ ਦਿਸਣ, ਸਾਰੀ ਧਰਤੀ ਜਿਹੜੀ ਹੈ ਨਾ ਇਹ ਬਖਸ਼ੀ ਜਾਵੇ। ਇਸ ਤਰ੍ਹਾਂ ਉਂਗਲ ਕਰਕੇ ਆਖਿਆ, ਇੰਨਾ ਵੀ ਥਾਂ ਨਾ ਰਹਿ ਜਾਏ ਕਿਤੇ ਮੈਂ ਨਾ ਰਹਿ ਜਾਵਾਂ। ਹਰ ਇੱਕ ਵਾਸਤੇ ਬਖਸ਼ਿਸ਼ ਮੰਗੋ, ਕਿਸੇ 'ਤੇ ਨਫ਼ਰਤ ਨਾ ਕਰੋ। ਅਤੇ ਜਿਸ ਵੇਲੇ ਮੇਲਾ ਹੋਲਾ ਕੋਈ ਚੀਜ਼ ਹੁੰਦੀ ਹੈ, ਉੱਥੇ ਆਪਣੇ ਜਿਹੜੇ ਨੇ ਨਾ ਮਾੜੀਆਂ ਗੱਲਾਂ ਉਹ ਸਾਰੀਆਂ ਸੁੱਟ ਜਾਇਆ ਕਰੋ, ਜਿੰਨੀਆਂ ਚੰਗੀਆਂ ਨੇ ਉੱਥੋਂ ਲੈ ਜਾਇਆ ਕਰੋ। ਤਾਂ ਕਿ ਇਹ ਕੱਪੜਾ ਇਹਨੂੰ ਮੈਲ ਲੱਗਦੀ ਹੀ ਰਹਿੰਦੀ ਹੈ, ਅਤੇ ਉਹ ਮੈਲ ਹੀ ਨਾ ਲੱਗੀ ਜਾਏ। ਮਨ ਕਹੋ ਜਨਮ ਜਨਮ ਕੀ ਮਰ ਲੱਗ ਗਈ, ਕਾਲਾ ਹੋਆ ਸਿਆਹ। ਇਹ ਕੋਸ਼ਿਸ਼ ਕਰਿਆ ਕਰੋ ਵੀ ਅਸੀਂ ਮਾਇਆ ਦੇ ਪਿੱਛੇ ਲੱਗਣ ਵਾਲੇ ਨਾ ਬਣੀਏ, ਸਾਖਤ ਨਾ ਬਣੀਏ। ਸਾਖਤ ਵਾਸਤੇ ਲਿਖਿਆ, ਸਾਖਤ ਮੂੜ ਮਾਇਆ ਕੇ ਬੰਧਕ। ਜਿਹੜੇ ਮਾਇਆ ਦੇ ਵਿੱਚ ਬੱਝੇ ਨਾ, ਉਹ ਨੇ ਸਾਖਤ, ਅਤੇ ਉਹਦੀ ਸੰਗਤ ਨਹੀਂ ਕਰਨੀ। ਦੂਰਾ ਜਾਈਆ ਭਾਗ ਕਬੀਰ ਨੇ ਲਿਖਿਆ, ਬਾਸਣ ਕਾਰੋ ਪਰਸੀਆ ਤਾਂ ਕੁਛ ਲੱਗਾ ਦਾਗ। ਕਹਿੰਦੇ ਨੇ ਪੰਡਿਤ ਜੀ ਸੁਣਾਉਂਦੇ ਹੁੰਦੇ ਨੇ, ਇੱਕ ਲੁਕਮਾਨ ਹਕੀਮ ਜਿਹੜਾ ਸੀ ਨਾ, ਉਹਦਾ ਪੁੱਤਰ ਖੋਟੀ ਸੰਗਤ ਕਰਨ ਲੱਗ ਪਿਆ, ਅਤੇ ਸ਼ਰਾਬੀਆਂ ਨਾਲ ਜਾ ਕੇ ਉਹਨੇ ਬਹਿਣਾ ਖਲੋਣਾ। ਉਹਨੇ ਆਖਿਆ, ਕਾਕਾ ਇਹ ਕੰਮ ਨਾ ਕਰ। ਉਹਨੇ ਆਖਿਆ, ਪਿਤਾ ਜੀ ਮੈਂ ਕਿਹੜਾ ਪੀਂਦਾ। ਉਹਨੇ ਆਖਿਆ, ਨਹੀਂ ਤੂੰ ਪੀਂਦਾ ਨਹੀਂ, ਪਰ ਇਹ ਗੱਲ ਮਾੜੀ ਹੈ, ਚੰਗੀ ਨਹੀਂ। ਉਹ ਨਾ ਮੰਨਿਆ, ਉਹਨੂੰ ਆਖਣ ਲੱਗਿਆ, ਚੰਗਾ ਤੂੰ ਇਸ ਤਰ੍ਹਾਂ ਕਰ, ਅੱਗ ਬਲਦੀ ਕੋਲਾ ਚੁੱਕ ਲਿਆ। ਉਹਨੇ ਕੋਲਾ ਚੁੱਕਿਆ ਅਤੇ ਉਹ ਹੱਥ ਸਾੜਿਆ, ਆਂਦਾ ਹੱਥ ਸਾੜਦਾ, ਆਂਦਾ ਫਿਰ ਚੰਗਾ ਇਹਨੂੰ ਰਹਿਣ ਦੇ, ਤੂੰ ਜਿਹੜਾ ਠੰਡਾ ਬੁਝਿਆ ਕੋਲਾ ਉਹ ਫੜ ਕੇ ਲਿਆ ਹੱਥ 'ਚ। ਉਹ ਫੜ ਕੇ ਲਿਆਂਦਾ, ਜਿਸ ਵੇਲੇ ਉਹਨੇ ਆਖਿਆ ਸੁੱਟ ਦੇ ਕੋਲਾ, ਕੋਲਾ ਸੁੱਟਿਆ ਅਤੇ ਦੇਖਿਆ ਹੱਥ ਕਾਲਾ। ਉਹਨੇ ਆਖਿਆ ਵੀ ਉਹ ਹੱਥ ਸਾੜਦਾ ਸੀ ਨਾ, ਅਤੇ ਕਾਲਾ ਤਾਂ ਬੱਚਾ, ਇਹ ਵੀ ਕਰ ਹੀ ਗਿਆ ਨਾ ਤੇਰਾ ਹੱਥ, ਇਹ ਛੱਡ ਦੇ ਸੰਗਤ, ਇਹ ਮਾੜੀ ਸੰਗਤ ਨਹੀਂ ਕਰਨੀ। ਜਿਹੜੇ ਸਾਖਤ ਪੁਰਸ਼ ਨੇ ਉਹਨਾਂ ਦੀ ਕਦੇ ਸੰਗਤ ਨਾ ਕਰਿਆ ਕਰੋ। ਦੂਰ ਹੈ ਜਾਈਏ ਭਾਗ ਕਬੀਰ ਜੀ ਨੇ ਲਿਖਿਆ, ਸਾਖਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੈ, ਜਿਉ ਜਿਉ ਚਲੈ ਚੁਬੈ ਦੁੱਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਉਹਨਾਂ ਤੋਂ ਤਗੜੇ ਹੋ ਕੇ ਬਚੋ, ਅਤੇ ਆਪਣਾ ਮਨ ਜਿਹੜਾ ਨਾ ਇਹ ਸਗੁਰਾਂ ਦੇ ਅਰਪਣ ਕਰੋ। ਜਿਹੜਾ ਸਾਡੇ ਵਿੱਚ ਸਗੁਰਾਂ ਦੇ ਵਿੱਚ ਇੱਕ ਬੜੀ ਵੱਡੀ ਕੰਧ ਹੈ, ਕੰਧ ਇਹੋ ਜਿਹੀ ਹੈ ਜਿਹੜੀ ਤੁਸੀਂ ਭੰਬੀਰੀ ਉੱਡਦੀ ਵੇਖਦੇ ਹੋ ਨਾ, ਭੰਬੀਰੀ ਛੋਟਾ ਜਿਹਾ ਜਾਨਵਰ ਹੈ, ਉਹਦੇ ਜਿਹੜੇ ਖੰਭ ਨੇ ਉਹ ਬੜੇ ਪਤਲੇ ਹੁੰਦੇ ਨੇ, ਉਹਨਾਂ ਦੇ ਵਿੱਚ ਦੀ ਸਾਰਾ ਕੁਝ ਦਿਸਦਾ। ਲਿਖਿਆ, ਭਾ ਬੀਰੀ ਕੇ ਪਾਤ ਪਾਰ ਦਿਉ, ਬਿਨ ਪੇਖੇ ਦੂਰ ਆਇਓ। ਉਹਨਾਂ ਵੀ ਜਿਹੜਾ ਨਾ ਸਾਡੇ ਵਿੱਚ ਵਕਤ ਬਹੁਤ ਹੋ ਗਿਆ। ਇੱਕ ਗੱਲ ਮੈਨੂੰ ਯਾਦ ਆ ਗਈ, ਇੱਕ ਆਦਮੀ ਕਿਸੇ ਗੁਰੂ ਦੀ ਸੰਗਤ ਕਰਨ ਵਾਸਤੇ ਗਿਆ। ਉਹਨੇ ਉਹਨੂੰ ਆਖਿਆ ਵੀ ਆਹ ਬੱਚਾ ਲੈ ਪੱਥਰ ਇਸ ਭਾਂਡੇ ਦੇ ਵਿੱਚ ਰੱਖ ਦੇ, ਅਤੇ
तू सेवा कर इतने आश्रम दे वो सेवा करता रहा ते तेनू 12 साल बाद प्राप्ति होगी। जिस वे 12 साल लंघ गए ये पता उन्होंने जिन्हें कदर है। मैं अगे भी अर्ज की है कि संत रुलदू सिंह जी सन एक सबाजपुर के पाकिस्तान रह गए पिंड उन्होंने आख्या वे मैं भजन पूछना है तो संत जमीत सिंह और गिल्लां वाले उन्होंने को गया उन्होंने आख्या तू एक साल भर इनान करके रोज़ बह जाया कर अंदर तेनू फिर प्राप्ति होगी। साध संघ जी साल भर बैठा नहीं प्राप्ति हुई आप एक मिनट नहीं बह सकते जो माला फट भी लीए ना विखाण वास्ते तो मन माला वाले पास नहीं मन किसी होर पास जाता तो वह साल भर बहता रहा उन्होंने प्राप्ति नहीं हुई। फिर उन्हें जाके अर्जी की उन्हें आख्या जी मैनू प्राप्ति नहीं हुई उन्हें आख्या साल भर होर बैठ वो जो साल भर फिर बैठा फिर प्राप्ति नहीं हुई। फिर उन्होंने तीजे साल फिर आख्या फिर जो बैठे ने ना तो संत उत्थे पहुँच गए ने उन्होंने कमरे जिथे बैठे सन तो उन्होंने आख्या भई हुण तेरा भांडा साफ होया हुण तेनू नाम मिलेगा। उन्होंने भजन दिता कन्न विच नाल सूई राग दी तुख पड़ी भांडा धोए बैस धूप देवो तो दुध है कहो जावो भांडा धो साफ करके तो उन्होंने सुगंधी वाला बनाओ। इस तरह ही साडा भी भांडा जिहड़ा ना वह जिन्ना साफ होएगा उन्ना ही साढ़े वास्ते वो चंगी चीज़ पाने वास्ते फायदा होएगा। तो वो जो सेवक से ना जिन्हें पत्थर धरिया भांडे लोहे के भांडे के जो 12 वरे पूरे हो गए ना उन्हें आख्या जी मैनू हूँ प्राप्ति उन्हें आख्या चंगा तू इस तरह कर जाके पानी लिया सोदा वो पानी लैन गया जिस वेले तो उन्होंने अपने पंगी नू सिखा दिता उन्हें जिस वे लंघिया तो मैले वाले छिट्टे पाते उत्ते उन्हें वो लड़ पिया उस उन्होंने मारना शुरू कर दिता संतां कुछ कैद की देखो मैं सोध दा इशनान किया एक मैं गल याद आ गई भैणी साहब की गल एक साध सी बजवी सिंह एक अंदर एक लंगरी लड़न लगे तो उन्होंने आख्या संत जी मेरा भरा थोड़े को कढ दिओ बाहर इन्हू कढ दिओ बाहर इतों लंगर चो उन्हें केड़ा तेरा भरा उन्हें आख्या जिहड़ा क्रोध तुहाडे अंदर वड़िया है ना इन्हू कढो बाहर उन्हू जिस वेले उन्हें छिट्टां पै गईयां उन्हें बड़ा गुस्सा किया इस गल का उन्हें संतां नूं आख्या जा के संतां ने आख्या जा वो भांडा लिया जिहदे च पत्थर रख्या सी वह भांडा लैके आया उन्हें आख्या ये भांडा लोहे दा है ये पत्थर जिहड़ा ये पारस है ये भांडा जिहड़ा ये सोना नहीं होया उन्हें आख्या जी जिहो जिहे तुसीं संत हो इहो जिहे पत्थर है सोना कित्थों होणा सी इहने उन्हें आख्या तू थोड़ा जिहा होर काम कर इहनूं मांज चंगी तरह उन्हूं चंगी तरह रगड़ के मांजिया ना अंदरों उहदे विच इक छोटी जी चिल्ली लगी सी जिहड़ी दिसदी नहीं सी वो जिस वेले विचों निकल गई तो लग गया नाल तो सोना हो गया। सिर मेरा कहने का मतलब यह है भी वो साढ़े बच्चे पढ़ता ऐसा है जिहड़ा सानू दिसदा नहीं वो इत्थे आ के आपां विचार करनी है भांडे मांजने ने साध संग दी सेवा करनी है मन नूं नीवा करना मन तू मत माण कर जे हौ किछ जाणदा। मैं बड़ा लैक्चर करदा मैं कथा बड़ी करदा उत्थे ही सारा काम खराब हो जांदा मैं तो हौमा छड्ड दित्ती है उत्थे ही अंदर आ गई हो मन तू मत माण कर जे हौ किछ जाणदा गुरमुख निमाणा हो अंतर अग्ञान हौ बुद्ध है सत शब्द मालक हो निमाणा सतगुरु अगै निमाणे असी इस तरह भी हो जाने जो निरतन सरतन कह जाए अगे बैठा पीठ फिराए उत्थे भी बड़े निमाणे होंगे असी हो निमाणा सतगुरु अगै मत किछ आप लिखाव है अपना अहंकार जगत जलिया मत तू अपना आप गुआव है सारा संसार सड़ता जाता है अहंकार ना तू ना अपना आप गुआ लें कितने सतगुर कह भाणा करह कार सतगुर कह भाणा लाग रहो यो कह नानक आप छड सुख पावै आ सुख वास्ते सारे साधन करते हैं असं इन्ने नाल ही हो जाता पर छुटता नहीं आप गुआई है ता सौ पाई है आप कहना कह नानक आप छड सुख पावै मन निमाणा होए रहो। मैं इन्नी अर्ज करके आपको अगे लवाना असा जो कुछ करना है सारा इस वास्ते करना है भी सतगुरु राम सिंह के दर्शन विच जिहड़ी भी सेवा होवे पाठां वास्ते कल गल कीती सी ते ओह पाठां वास्ते सेवादार जिहड़ा घट जापदे सन ये जिहड़े सेवादार लाए ने कृपा करन ते पाठ वध तों वध कराउण ते सतगुरां दे दर्शन होण सतगुरु राम सिंह सच्चे पातशाह दे। मैं साध संगत नूं ये भी अर्ज करनी चाहुंदा तुसीं इत्थे आए हो ते इत्थों तुसां जाणा है एक दिन ऐसा आ जाणा जदों असां इह संसार तों तुर जाणा ओह पता नहीं किदन आउणा है पर जिन्ना चिर इत्थे हाँ असीं उन्ना चिर उत्थे जाण वास्ते तैयारी करो भजन करो बाणी पढ़ो
ਜਪ ਤਪ ਕਾ ਬੰਦ ਬੇੜ ਲਾ ਜਿੱਤ ਲੰਘਾ ਹੈ ਵਿਹੇਲਾ। ਇਹ ਤੁਸੀਂ ਤਕੜੇ ਹੋ ਕੇ ਹਿੰਮਤ ਕਰੋ, ਭਜਨ ਕਰੋ, ਬਾਣੀ ਪੜ੍ਹੋ। ਜਿੰਨੇ ਨੌਜਵਾਨ ਨੇ ਉਹਨਾਂ ਤੋਂ ਮੈਨੂੰ ਬਹੁਤ ਆਸਾਂ ਨੇ, ਬਹੁਤ ਸੇਵਾ ਕਰਦੇ ਨੇ, ਬਹੁਤ ਹੁਕਮ ਮੰਨਦੇ ਨੇ, ਅਤੇ ਉਹ ਜ਼ਰੂਰ ਇਹ ਕਿਰਪਾ ਕਰਨ। ਉਹਨਾਂ 'ਚੋਂ ਕੋਈ ਵੀ ਐਸਾ ਨੌਜਵਾਨ ਨਹੀਂ ਚਾਹੀਦਾ ਜਿਹੜਾ 4 ਵਜੇ ਤੋਂ ਪਿੱਛੋਂ ਸੁੱਤਾ ਹੋਵੇ। ਅਤੇ ਤੜਕੇ 4 ਵਜੇ ਉੱਠ ਕੇ ਭਜਨ ਕਰਿਆ ਕਰੋ। ਨੌਜਵਾਨ ਆਪਣੇ ਆਪ ਇਹ ਸੇਵਾ ਸਾਂਭਣ। ਜਿੰਨੀ ਜ਼ਿੰਮੇਵਾਰੀ ਸੂਬਿਆਂ ਜਥੇਦਾਰਾਂ ਦੀ ਹੈ, ਉੰਨੀ ਹਰ ਨਾਮਧਾਰੀ ਦੀ ਹੈ। ਮੈਂ ਕਦੇ ਕਥਾ ਨਹੀਂ ਸਾਂ ਕਰਦਾ, ਬੋਲਦਾ ਨਹੀਂ ਸਾਂ, ਪਰ ਮੈਂ ਇੱਕ ਨਾ ਬਨਾਰਸ ਸੱਚੇ ਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਉਪਦੇਸ਼ ਲੱਗਾ, ਅਤੇ ਉਹਦੇ 'ਚ ਧਿਆਨ 'ਚ ਆਇਆ। ਸਤਿਗੁਰਾਂ ਨੇ ਹੁਕਮ ਦਿੱਤਾ ਹੈ ਕਿ ਇਹ ਜਥੇਦਾਰਾਂ ਸੂਬਿਆਂ ਦੀ ਇਕੱਲੀ ਜ਼ਿੰਮੇਵਾਰੀ ਨਹੀਂ, ਹਰ ਨਾਮਧਾਰੀ ਦਾ ਇਹ ਫਰਜ਼ ਬਣਦਾ ਕਿ ਸਤਿਗੁਰੂ ਰਾਮ ਸਿੰਘ ਨੇ ਜੋ ਸਾਨੂੰ ਚਾਨਣ ਦਿੱਤਾ ਉਹ ਅਸੀਂ ਦੁਨੀਆਂ ਨੂੰ ਦੱਸੀਏ, ਤਾਂ ਕਿ ਦੁਨੀਆਂ ਦੇ ਲੋਕ ਜਿਹੜੇ ਨੇ ਉਹ ਇਸ ਰਾਹ ਪੈ ਕੇ ਸੁੱਖ ਪ੍ਰਾਪਤ ਕਰ ਸਕਣ, ਇੱਥੇ ਵੀ ਅਤੇ ਅੱਗੇ ਵੀ। ਤਾਂ ਤੁਸੀਂ ਤਕੜੇ ਹੋ ਕੇ ਉਦਮ ਕਰੋ, ਨੌਜਵਾਨ ਜਿਹੜੇ ਹੋ ਤੁਸੀਂ, ਅਤੇ ਇਹ ਕੋਸ਼ਿਸ਼ ਕਰੋ ਭਈ ਆਪ ਟੀ ਵੀ ਨਾ ਵੇਖੋ, ਲੜਕੇ ਲੜਕੀਆਂ ਸਾਰੇ, ਅਤੇ ਜਿਹੜਾ ਕੋਈ ਆਖੇ ਲੱਗੇ ਉਹਨੂੰ ਘੱਟ ਤੋਂ ਘੱਟ ਟੀ ਵੀ ਤੋਂ ਤਾਂ ਰੋਕ ਦਿਓ। ਅੱਜ ਕੱਲ੍ਹ ਤਾਂ ਅਖਬਾਰਾਂ ਵਿੱਚ ਬੜਾ ਆਉਂਦਾ ਕਿ ਉਹਨੂੰ ਵੇਖਣ ਨਾਲ ਸਾਨੂੰ ਬੜੀਆਂ ਬਿਮਾਰੀਆਂ ਹੁੰਦੀਆਂ ਨੇ, ਉਹ ਵਕਤ ਵਾਧੂ ਜਾਂਦਾ। ਉਹ ਵਕਤ ਭਜਨ ਬਾਣੀ ਵਿੱਚ ਲਾਓ, ਸਤਿਗੁਰਾਂ ਦੀ ਸੇਵਾ ਵਿੱਚ ਲਾਓ, ਤਾਂ ਕਿ ਸਾਡੀ ਜੀਵਨ ਯਾਤਰਾ ਸਫਲ ਹੋਵੇ। ਅਤੇ ਇਸ ਸੰਸਾਰ 'ਤੇ ਜਦੋਂ ਆਦਮੀ ਆਉਂਦਾ ਉਹਦੇ ਨਾਲ ਕੁਛ ਕਦੇ ਬਿਮਾਰੀਆਂ, ਕਦੇ ਤੰਦਰੁਸਤੀਆਂ, ਕਦੇ ਵਿਹਾਰ ਚੰਗਾ ਹੋ ਗਿਆ, ਕਦੇ ਘੱਟ ਹੋ ਗਿਆ, ਕਦੇ ਸੋਭਾ ਹੋ ਗਈ, ਕਦੇ ਉਹਦੇ ਉਲਟ ਕੰਮ ਹੋ ਗਿਆ, ਇਹ ਕੰਮ ਚੱਲਦਾ ਰਹਿੰਦਾ। ਇਸ ਪਾਸੇ ਬਹੁਤਾ ਧਿਆਨ ਨਾ ਦਿਓ, ਇਹਨੂੰ ਐਂ ਹੀ ਸਮਝੋ ਵੀ ਜਿਵੇਂ ਰੋਟੀ ਖਾਧੀ ਹੈ, ਸੌਂ ਕੇ ਉੱਠ ਕੇ ਜੰਗਲ ਪਾਣੀ ਜਾ ਕੇ ਇਸ਼ਨਾਨ ਕਰ ਲਿਆ, ਇਹ ਰੂਟੀਨ ਹੈ ਰੋਜ਼ ਦੀ, ਇਸ ਤਰ੍ਹਾਂ ਹੀ ਇਹ ਹੋ ਜਾਂਦਾ। ਪਰ ਜੇ ਭਜਨ ਬਾਣੀ ਕਰੋਗੇ ਤਾਂ ਭਜਨ ਬਾਣੀ ਕਰਨ ਵਾਲਿਆਂ ਨੂੰ ਇਹ ਜਿਹੜਾ ਦੁੱਖ ਹੈ ਨਾ, ਉਹ ਦੁੱਖ ਨਹੀਂ ਜਾਪਦਾ, ਉਹ ਕਨਵਰਟ ਹੋ ਜਾਂਦਾ, ਬਦਲ ਜਾਂਦਾ, ਉਹ ਸੁੱਖ ਬਣ ਜਾਂਦਾ। ਤੁਸੀਂ ਭਜਨ ਬਾਣੀ ਕਰੋ ਤਕੜੇ ਹੋ ਕੇ, ਅਤੇ ਹੋਰਨਾਂ ਤੋਂ ਕਰਾਓ। ਈਰਖਾ ਨਿੰਦਿਆ ਚੁਗਲੀ ਤੋਂ, ਕਿਸੇ ਵਾਸਤੇ ਬੁਰਾ ਸੋਚਣ ਤੋਂ ਤਕੜੇ ਹੋ ਕੇ ਉੱਦਮ ਕਰੋ, ਅਤੇ ਇਸ ਤੋਂ ਬਚੀਏ ਅਸੀਂ। ਆਪਣਾ ਭਲਾ ਸਭ ਕਾਹੂ ਮੰਗਣਾ। ਅਸੂ ਦੇ ਮੇਲੇ ਤੱਕ ਅਸਾਂ ਇਹ ਕੋਸ਼ਿਸ਼ ਕਰਨੀ ਹੈ, ਪ੍ਰਬੰਧਕ ਵਰਗ ਜਿਹੜਾ ਉਹ ਵੀ ਧਿਆਨ ਕਰ ਲੈਣ, ਅਤੇ ਜਿਹੜੇ ਬਾਕੀ ਸਾਧ ਸੰਗਤ ਆਏ ਉਹ ਵੀ ਚੇਤਾ ਰੱਖਣ ਇਸ ਗੱਲ ਦਾ। ਇੱਕ ਤਾਂ ਅਸਾਂ ਅਗਲੇ ਵੇਰਾਂ ਨੂੰ ਪੜਤਾਲ ਕਰਿਆ ਕਰਨੀ ਹੈ, ਕੋਈ ਜਗ੍ਹਾ ਬਣਾਵਾਂਗੇ ਜਿਹਦੇ 'ਤੇ ਅਸੀਂ ਵੇਖ ਕੇ ਉੱਥੋਂ ਫਿਰ ਜਾਣ ਦਿਆ ਕਰਾਂਗੇ ਦੀਵਾਨ ਵਿੱਚ, ਅਤੇ ਕਲਸ਼ ਨਹੀਂ ਲਾਇਆ, ਕੰਘਾ ਕੇਸਾਂ ਵਿੱਚ ਹੈਗਾ, ਮਾਈਆਂ ਦੇ ਵੀ ਸਿੰਘਾਂ ਦੇ ਵੀ, ਮਾਈਆਂ ਨੂੰ ਮਾਈਆਂ ਡਿਊਟੀ ਲੈ ਦੇਣਗੀਆਂ ਨੇ, ਸਿੰਘਾਂ ਨੂੰ ਸਿੰਘ ਡਿਊਟੀ ਦੇਣਗੇ, ਕੰਘਿਆਂ ਵਿੱਚ ਕਿਰਪਾਨਾਂ ਵਗੈਰਾ ਹੈਗੀਆਂ ਨੇ। ਬੀਬੀਆਂ ਜਿਹਨਾਂ ਨੇ ਇੱਥੇ ਮੱਥਾ ਟੇਕਣ, ਉਹਨਾਂ ਨੇ ਗੁੱਤਾਂ 'ਤੇ ਨਹੀਂ ਕੀਤੀਆਂ, ਕੇਸਾਂ 'ਚ ਪਾਣੀ ਪਾਏ ਨੇ, ਅਤੇ ਹੋਰ ਇਸ ਤਰ੍ਹਾਂ ਦੀਆਂ ਗੁਆਂਢੀ ਪੜਤਾਲਾਂ ਜਿਹੜੀਆਂ ਨੇ ਉਹ ਸਾਰੀਆਂ ਕੀਤੀਆਂ ਜਾਣਗੀਆਂ। ਬਹੁਤ ਅਸੀਂ ਹੇਠਾਂ 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 ਨੂੰ ਹੁੰਦੇ ਜਾਂਦੇ ਹਾਂ, ਫਿਰ ਅਸਾਂ ਇਹ ਵੀ ਕੋਸ਼ਿਸ਼ ਕਰਨੀ ਆ ਵੀ ਅਸਾਂ ਪਤਾ ਕਰਨਾ, ਜਿਹੜੇ ਇੱਥੇ ਦੀਵਾਨ 'ਚ ਮੱਥਾ ਟੇਕਣ ਆਉਂਦੇ ਨੇ ਉਹ ਜੰਗਲ ਜਾ ਕੇ ਹੱਥ ਮਾਂਜਦੇ ਨੇ, ਜੰਗਲ ਜਾਣ ਵੇਲੇ ਰੇਤਾ ਵਰਤਦੇ ਨੇ। ਮੈਨੂੰ ਗੱਲ ਯਾਦ ਆ ਗਈ ਹੈ, ਇੱਕ ਸਿੰਘ ਹੁਣੇ ਚੜ੍ਹਾਈ ਕੀਤਾ, ਅਰਜਨ ਸਿੰਘ, ਸਰਦਾਰ ਸਿੰਘ ਹੋਰੀ ਜਿਹੜੇ ਨੇ, ਸਰਦਾਰ ਸਿੰਘ, ਮਹਿੰਦਰ ਸਿੰਘ, ਸਾਹਿਬ ਸਿੰਘ ਹੋਰਾਂ ਦੇ ਲੜਕੇ, ਸਰਦਾਰ ਸਿੰਘ ਦਾ ਸਹੁਰਾ ਸੀ ਉਹ, ਅਤੇ ਉੱਥੇ ਬ੍ਰਹਮਾ ਸਿੰਘ ਉਹਨਾਂ ਕੋਲ ਰਹਿੰਦਾ ਸੀ। ਉਹਨੇ ਦੱਸਿਆ ਉਹ ਜੰਗਲ ਜਾ ਕੇ ਅਤੇ ਰੇਤਾ ਵਰਤਦਾ ਸੀ, ਉਸ ਤੋਂ ਬਾਅਦ ਹੱਥ ਮਾਂਜਦਾ ਸੀ। ਅਤੇ ਉਹਨੂੰ ਬ੍ਰਹਮਾ ਸਿੰਘ ਨੇ ਆਖਿਆ ਵੀ ਤੂੰ ਇੰਨਾ ਕੁਛ ਕਰਦਾ, ਹੋਰ ਤਾਂ ਨਹੀਂ ਇੰਨਾ ਕਰਦੇ। ਉਹ ਆਉਂਦਾ ਜੇ ਮਰਿਆਦਾ ਰੱਖੀਏ ਤਾਂ ਸਗੁਰਾਂ ਦੇ ਘਰ 'ਚ ਪਹੁੰਚ ਜਾਈਦਾ, ਇਹ ਵੇਖ ਲਓ ਵੀ ਮਰਿਆਦਾ ਕਾਹਦੇ ਵਾਸਤੇ ਆ। ਸੋ ਇਹ ਸਾਰੀਆਂ ਅਗਾਂਹ ਤੋਂ ਗੱਲਾਂ ਕੋਸ਼ਿਸ਼ ਕਰਨੀ ਆ। ਇਹਦੇ ਵਿੱਚ ਟਾਈਮ ਵਾਲਾ ਭਜਨ ਦੀਆਂ, ਜਾਂ ਪਹਿਰ ਦੇ ਤੜਕੇ ਉੱਠ ਕੇ ਇਸ਼ਨਾਨ ਕਰਨਾ, ਜਾਂ 8 ਘੰਟੇ ਨਾਮ ਸਿਮਰਨ ਕਰਨਾ, ਇਹ ਕੋਈ ਨਹੀਂ ਜਮ੍ਹਾਂ ਕੀਤੀਆਂ ਇਹਦੇ ਵਿੱਚ। ਜਿਹੜੀਆਂ ਛੋਟੀ ਛੋਟੀ ਗੱਲਾਂ ਆਖੀਆਂ ਨੇ ਇਹਨਾਂ ਦਾ ਅਗਾਂਹ ਨੂੰ ਧਿਆਨ ਕਰ ਲਓ, ਅਸੂ ਦੇ ਮੇਲੇ ਤੱਕ ਕਲਫ ਜਿਹਨਾਂ ਨੇ ਲਾਏ ਨੇ ਲੈ ਜਾਣਗੇ ਉਹਨਾਂ ਦੇ, ਜੇ ਉਹਨਾਂ ਦੀ ਆਪਣਾ ਨੀਅਤ ਠੀਕ ਹੋਵੇ। ਅਤੇ ਇੱਕ ਇੱਥੇ ਜਿਹੜਾ ਪ੍ਰਯੋਗ ਤੁਰਿਆ ਜਿਹੜਾ ਸਾਰੇ ਸਾਲ ਵਾਸਤੇ, ਉਹਦੇ ਵਿੱਚ ਨੌਜਵਾਨ ਮੁੰਡੇ ਚਾਹੀਦੇ ਨੇ। ਮੈਂ ਕੱਲ੍ਹ ਵੀ ਆਖਿਆ ਸੀ, ਮੇਰਾ ਮੁੰਡਾ ਪੁਲਿਸ 'ਚ ਭਰਤੀ ਕਰਾ ਦਿਓ, ਮੇਰੇ ਮੁੰਡੇ ਨੂੰ ਕਿਤੇ ਹੀ ਨੌਕਰੀ ਦਵਾ ਦਿਓ, ਜਿੱਥੇ ਲੱਗ ਸਕਦੀ ਲਵਾ ਦਿਓ, ਮੇਰੇ ਮੁੰਡੇ ਦਾ ਵਿਆਹ ਕਰ ਦਿਓ, ਮੇਰੇ ਮੁੰਡੇ ਦੇ ਘਰ ਮੁੰਡਾ ਨਹੀਂ ਹੋਇਆ ਉਹਦੇ ਮੁੰਡਾ ਹੋ ਜਾਵੇ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬੜੇ ਜ਼ੋਰ ਨਾਲ ਆਉਂਦੀਆਂ ਨੇ, ਪਰ ਕਦੇ ਇਹ ਨਹੀਂ ਕਿਸੇ ਨੇ ਆਖਿਆ ਵੀ ਮੇਰਾ ਮੁੰਡਾ ਜਿਹੜਾ 1 ਸਾਲ ਵਾਸਤੇ, 2 ਸਾਲ ਵਾਸਤੇ, 4 ਸਾਲ ਵਾਸਤੇ, ਸਾਰੀ ਉਮਰ ਵਾਸਤੇ ਪ੍ਰਯੋਗ 'ਚ ਲੱਗੇ, ਇੱਥੇ 8-8 ਘੰਟੇ ਨਾਮ ਸਿਮਰਨ ਕਰਿਆ ਕਰੇ, ਕਥਾ ਸੁਣੇ ਅਤੇ ਭਜਨ ਬਾਣੀ ਕਰੇ ਅਤੇ ਕਰਾਵੇ। ਇਹ ਨਹੀਂ ਆਉਂਦੇ, ਗਲਤ ਵਿਆਹ ਬੜੇ ਹੁੰਦੇ ਨੇ,
ਜਿਹੜੇ ਸਾਡੇ ਵਾਸਤੇ ਬੜਾ ਮੁਸ਼ਕਲ ਦਾ ਕਾਰਨ ਬਣ ਜਾਂਦੇ ਨੇ, ਨਾ ਅਸੀਂ ਛੱਡ ਸਕਦੇ ਹਾਂ ਨਾ ਅਸੀਂ ਗ੍ਰਹਿਣ ਕਰ ਸਕਦੇ ਹਾਂ ਉਹਨਾਂ ਨੂੰ। ਇਹਨਾਂ ਵੱਲ ਪੂਰੀ ਤਰ੍ਹਾਂ ਧਿਆਨ ਦਿਓ, ਉਹਨਾਂ ਵਾਸਤੇ ਵੀ ਤੁਹਾਨੂੰ ਬਹਿ ਕੇ ਸੋਚਣਾ ਪਏਗਾ ਵੀ ਅਸਾਂ ਉਹਨਾਂ ਨਾਲ ਕਿਵੇਂ ਵਰਤਣਾ, ਵਰਤਣਾ ਕਿ ਨਹੀਂ ਵਰਤਣਾ, ਕੀ ਕੁਛ ਕਰਨਾ। ਉਹ ਇਹ ਗੱਲ ਇੱਥੇ ਕੁ ਪਹੁੰਚਦੀ ਜਾਂਦੀ ਹੈ ਵੀ ਜਾਂ ਤਾਂ ਅਸੀਂ ਉਹਨਾਂ ਵਿੱਚ ਰਲ ਜਾਈਏ ਅਤੇ ਜਾਂ ਸਾਨੂੰ ਉਹਨਾਂ ਨਾਲ ਵੱਖਰੇ ਹੋਣਾ ਪਵੇ। ਇਹ ਸਾਰੀਆਂ ਗੱਲਾਂ ਦਾ ਤੁਸੀਂ ਪੂਰਾ ਧਿਆਨ ਦਿਓ। ਇੱਕ ਕੱਲ੍ਹ ਜਿਹੜਾ ਮਾਸਟਰ ਨਿਹਾਲ ਸਿੰਘ ਉਹਨਾਂ ਨੇ ਆਖਿਆ ਸੀ, ਮੇਰਾ ਜੀਤ ਕਰਦਾ ਸੀ, ਮੈਂ ਉਦੋਂ ਹੀ ਆਖਦਿਆਂ ਕੁਛ ਗੱਲਾਂ ਮਨ ਵਿੱਚ ਕਮਜ਼ੋਰੀਆਂ ਆਉਂਦੀਆਂ ਸਨ। ਮੈਂ ਹੁਣ ਇਹ ਅਰਜ ਕਰਦਾ ਵੀ ਸੱਚ ਪਾਤਸ਼ਾਹ ਕਿਰਪਾ ਕਰਨ, ਇਹ ਸਗੁਰਾਂ ਦਾ ਘਰ ਹੈ, ਨਾ ਮੇਰਾ ਨਾ ਤੁਹਾਡਾ। ਬਖਸ਼ਿਸ਼ ਦਾ ਘਰਦਾਰ ਸਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ, ਸਗੁਰੂ ਪ੍ਰਤਾਪ ਸਿੰਘ ਨੇ ਇਹਨੂੰ ਚੰਗੀ ਤਰ੍ਹਾਂ ਚੌੜਾ ਕਰਕੇ ਖੋਲ੍ਹ ਕੇ ਰੱਖਿਆ। ਉਹ ਬਖਸ਼ਬੰਦੀ ਸਾਰਿਆਂ ਦੀ ਹੈ, ਪਰ ਜਿਨ੍ਹਾਂ ਨੇ ਕੋਈ ਗਲਤ ਵਿਆਹ ਜਾਂ ਲੈਣਾ ਦੇਣਾ ਕਿਸੇ ਦਾ, ਉਹ ਉਹਦੇ ਮੁਤਾਬਕ ਉਸ ਤਰ੍ਹਾਂ ਹੀ ਹੋਵੇਗਾ, ਉਹ ਨਿਬੜਨਾ ਪਏਗਾ ਆਪਸ ਵਿੱਚ। ਬਾਕੀ ਗੱਲ ਜਿਹੜੀ ਹੈ ਸਾਰਿਆਂ ਵਾਸਤੇ ਬਖਸ਼ਬੰਦੀ ਹੈ। ਹੁਣ ਆਉਣ ਵਾਲੇ ਅੱਸੂ ਦੇ ਮੇਲੇ ਤੱਕ ਜਿਹੜੇ ਨੌਜਵਾਨ ਬੱਚੇ ਇੱਥੇ ਪ੍ਰਯੋਗ ਵਿੱਚ ਰਹਿਣਗੇ ਉਹਨਾਂ ਦੇ ਨਾਂ ਆਉਣੇ ਚਾਹੀਦੇ ਨੇ, ਇੱਕ ਤਾਂ ਇਹ ਚੀਜ਼। ਦੂਸਰਾ ਇਹ ਕਿ ਜਿਹੜੇ ਵੀ ਇਦੋਂ ਵੱਡੀ ਉਮਰ ਦੇ ਵੀ ਨੇ, ਅੱਸੂ ਦੇ ਮੇਲੇ ਤੱਕ ਉਹ ਆ ਕੇ ਦੱਸਣ ਕਿ ਅਸੀਂ ਅੱਗੇ ਇੱਕ ਘੰਟਾ ਨਾਮ ਸਿਮਰਨ ਇਸ ਤਰ੍ਹਾਂ ਕਰਦੇ, ਉਦੋਂ ਤੋਂ ਅਸਾਂ ਸ਼ੁਰੂ ਕਰਤਾ। ਜਿਹੜੇ ਇੱਕ ਘੰਟਾ ਕਰਦੇ ਨੇ ਉਹ ਇਹ ਆਖਣ ਵੀ ਅਸੀਂ ਦੋ ਘੰਟੇ ਜਾਂ ਚਾਰ ਘੰਟੇ ਕਰਨਾ ਸ਼ੁਰੂ ਕਰ ਦਿੱਤਾ। ਜਿਹੜੇ ਦੋ ਚਾਰ ਘੰਟੇ ਕਰਦੇ ਨੇ ਉਹ ਇਹ ਦੱਸਣ ਕਿ ਅਸੀਂ ਅੱਠ ਘੰਟੇ ਸ਼ੁਰੂ ਕਰਤਾ। ਮੈਨੂੰ ਗੱਲ ਅੱਗੇ ਵੀ ਤੁਹਾਨੂੰ ਮੈਂ ਅਰਜ਼ ਕੀਤੀ ਹੋਵੇਗੀ, ਉਹ ਸਾਡੀ ਜਿਹੜੀ ਇੱਥੇ ਕਿਰਪਾ ਸਗੁਰਾਂ ਦੀ ਰਜਾ ਹੈ ਨਾ, ਉਹ ਅਫਰੀਕਾ ਦੇ ਜਾ ਕੇ ਹੋ ਜਾਂਦੀ ਹੈ। ਪ੍ਰੀਤਮ ਸਿੰਘ ਹੋਰੀ ਮਠਾੜੂ ਨੇ ਉੱਥੇ, ਉਹ ਪਹਿਲਾਂ ਮੈਨੂੰ ਉਹਨਾਂ ਨੇ ਆਖਿਆ ਵੀ ਮੇਰੇ ਪਰਿਵਾਰ ਨੂੰ ਬਿਠਾ ਕੇ ਆਖੋ ਵੀ ਘੱਟੋ ਘੱਟ 6 ਘੰਟੇ ਨਾਮ ਸਿਮਰਨ ਜ਼ਰੂਰ ਕਰਿਆ ਕਰਨ। ਉਹ ਵਿਹਾਰ ਕਰਦੇ ਨੇ, ਵਿਹਲੇ ਨਹੀਂ, ਉਹ ਨਾਮਧਾਰੀ ਸੰਗਤ ਦਾ ਖਜ਼ਾਨਚੀ ਦਾ ਕੰਮ ਨਿਭਾਉਂਦੇ ਨੇ, ਆਪਣਾ ਬਿਜਲੀ ਦਾ ਜਾਂ ਹੋਰ ਕੋਈ ਜਿਹੜਾ ਵਿਹਾਰ ਉਹਨਾਂ ਦਾ ਕਰਦੇ ਨੇ, ਘਰ ਦਾ ਉਹ ਵੀ ਕਰਦੇ ਨੇ। ਅਗਲੇ ਉਦੋਂ ਅਗਲੇ ਸਾਲ ਆਖਣ ਲੱਗੇ ਇਹ ਗੱਲ ਵੀ ਨਾ ਠੀਕ ਨਹੀਂ ਹੈਗੀ ਕਿ 8 ਘੰਟੇ ਨਾ ਕਰੀਏ ਤਾਂ ਦਿਹਾੜੀ ਤਾਂ ਨਹੀਂ ਪੂਰੀ ਹੁੰਦੀ, 8 ਘੰਟੇ ਦੀ ਦਿਹਾੜੀ ਅੱਜ ਕੱਲ੍ਹ ਗਿਣੀ ਜਾਂਦੀ ਹੈ। ਅਤੇ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ। ਇੱਕ ਬੁੱਧ ਰਾਮ ਜੀ ਅਤੇ ਵੀਰ ਚੰਦ ਜੀ ਦਾੜੀ ਕੇਸਾਂ ਵਾਲੇ ਸਨ, ਵੈਸੇ ਮਾਈਸਰ ਖਾਨੇ ਤੋਂ ਉੱਥੇ ਤਨਜ਼ਾਨੀਆ ਵਿੱਚ ਰਹਿੰਦੇ ਸਨ, ਉਹ ਵੀ ਇਸੇ ਤਰ੍ਹਾਂ ਹੀ 8-8 ਘੰਟੇ ਨਾਮ ਸਿਮਰਨ ਕਰਦੇ ਸਨ ਅਤੇ ਵਿਹਾਰ ਵੀ ਆਪਣਾ ਕਰਦੇ ਸਨ। ਇਹ ਤਾਂ ਅਸੀਂ ਵੇਖਦੇ ਹਾਂ ਵੀ ਫਲਾਣਾ ਆਦਮੀ ਬੜੇ ਪੈਸੇ ਕਮਾਉਂਦਾ, ਫਲਾਣੇ ਨੇ ਗਲਤ ਵਿਆਹ ਕਰ ਲਿਆ, ਜੇ ਮੈਂ ਕਰ ਲਵਾਂਗਾ ਤਾਂ ਕੀ ਹੋ ਜਾਏਗਾ। ਲੇਕਿਨ ਇਹ ਨਹੀਂ ਵੇਖਦੇ ਕਿ ਇਹਨੇ ਬੰਦੇ ਜਿਹੜੇ 8-8 ਘੰਟੇ ਨਾਮ ਸਿਮਰਨ ਕਰਦੇ ਨੇ ਅਤੇ ਮੈਂ ਵੀ ਉਸ ਤਰ੍ਹਾਂ ਕਰਾਂ, ਨੀਵੇਂ ਪਾਸੇ ਨੂੰ ਜਾਂਦੇ ਹਾਂ, ਉੱਚੇ ਪਾਸੇ ਨੂੰ ਜਾਣ ਨੂੰ ਜੀ ਨਹੀਂ ਕਰਦਾ। ਸੋ ਜਿਹੜੇ ਸਾਧ ਸੰਗਤ ਵਾਲੇ ਪਾਸੇ ਪੈਸਾ ਲਾਉਂਦੇ ਨੇ, ਉਹਨਾਂ ਦੇ ਸਗੁਰਾਂ ਦੀ ਬੜੀ ਕਿਰਪਾ ਹੈ, ਸਗੁਰ ਕਿਰਪਾ ਕਰਨ, ਸਾਧ ਸੰਗਤ ਨੂੰ ਬਹੁਤ ਬਹੁਤ ਪੈਸੇ ਦੇਣ, ਪਰ ਉਹ ਪੈਸਾ ਕੋਈ ਗਲਤ ਵਿਆਹ 'ਤੇ ਖਰਚ ਨਾ ਹੋਵੇ, ਕੋਈ ਸਿਨਮਿਆਂ 'ਤੇ ਖਰਚ ਨਾ ਹੋਵੇ, ਕੋਈ ਮਾਸ ਸ਼ਰਾਬ 'ਤੇ ਦਾੜੀਆਂ ਮੰਨਣ 'ਤੇ ਖਰਚ ਨਾ ਹੋਵੇ, ਉਹ ਪੈਸਾ ਸਾਧ ਸੰਗਤ 'ਚ ਖਰਚ ਹੋਵੇ। ਸੋ ਹੁਣ ਅਗਲੇ ਅੱਸੂ ਦੇ ਮੇਲੇ ਤੱਕ ਪ੍ਰਬੰਧਕ ਵਰਗ ਅਤੇ ਸਾਧ ਸੰਗਤ ਆਪੋ ਆਪਣੇ ਘਰਾਂ 'ਚ ਪਿੰਡਾਂ 'ਚ ਜਿੱਥੇ ਜਾਓ ਉਹਨਾਂ ਨੂੰ ਆਖੋ ਕੱਲ੍ਹ ਫਲਾ ਦੇ ਬਈ, ਇਹ 6 ਮਹੀਨੇ ਬੜੇ ਨੇ, ਇਹਦੂ ਪਹਿਲਾਂ ਮੈਨੂੰ ਲੈ ਜਾਣਾ। ਕੰਘੇ ਕੇਸਾਂ 'ਚ ਕਿਰਪਾਨਾਂ ਵਾਲੇ ਰੋਜ਼ ਸਣੇਕੇ ਸੀ, ਘੱਟੋ ਘੱਟ ਇਸ਼ਨਾਨ ਸੂਰਜੋਂ ਪਹਿਲੋਂ। ਇਹ ਅੱਸੂ ਦੇ ਮੇਲੇ ਤੱਕ ਪੂਰੀ ਤਿਆਰੀ ਹੋਵੇ, ਬੀਬੀਆਂ ਗੁੱਤਾਂ ਕਰਨੀਆਂ ਛੱਡ ਦੇਣ ਅਤੇ ਜੂੜੇ ਕਰਿਆ ਕਰਨ। ਜਿੰਨਾ ਕੁ ਸਗੁਰੂ ਕਿਰਪਾ ਕਰਦੇ ਨੇ, ਜਿਹੜੀ ਜਿੰਨੀ ਚੰਗੀ ਗੱਲ ਹੁੰਦੀ ਹੈ ਨਾ ਉਹ ਸਗੁਰਾਂ ਦੀ ਕਿਰਪਾ ਨਾਲ ਹੁੰਦੀ ਹੈ, ਜਿੰਨੀ ਮਾੜੀ ਗੱਲ ਹੁੰਦੀ ਹੈ ਉਹ ਸਾਡੀ ਆਪਣੀ ਗੱਲ ਨਾਲ ਹੁੰਦੀ ਹੈ। ਇਹ ਗੱਲ ਪੂਰੀ ਤਰ੍ਹਾਂ ਸਮਝ ਕੇ ਤੁਰਨਾ ਚਾਹੀਦਾ। ਸੋ ਮੈਂ ਇਹੋ ਅਰਜ਼ ਕਰਕੇ ਆਪ ਤੋਂ ਅੱਗੇ ਲਵਾਂਗਾ। ਆਪਨੇ ਗੁਰੂ ਦਾ ਸਰਵਣ ਕੀਤਾ, ਅਸੀਂ ਉਸ ਦੇਸ਼ ਵਿੱਚ ਬੈਠੇ ਹਾਂ ਜਿਸ ਦੇਸ਼ ਦੇ ਲੋਕਾਂ ਨੇ ਸਾਡੇ ਉੱਤੇ ਜਾ ਕੇ ਰਾਜ ਕਰਨ ਲਈ ਸਾਨੂੰ ਵੱਖਰੋ ਵੱਖਰੇ ਕਰਕੇ ਉਹਨਾਂ ਨੇ ਆਪਣਾ ਫਾਇਦਾ ਉਠਾਇਆ। ਇਹ ਕਥਾ ਚਲਾਈ ਮੇਰੇ ਆਪਣੇ ਵਿਚਾਰ ਅਨੁਸਾਰ ਵੀ ਸਿੰਘ ਸਭਾ ਜਿਸ ਤਰ੍ਹਾਂ ਚੱਲੀ, ਤੁਸੀਂ ਇਤਿਹਾਸ ਪੜ੍ਹ ਕੇ ਵੇਖੋ, ਸਿੰਘ ਸਭਾ ਚਲਾਈ ਇਹਨਾਂ ਨੇ 1928 ਦੇ ਵਿੱਚ, ਜਿਸ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਪ੍ਰਦੇਸ਼ ਲੈ ਕੇ ਗਏ ਨੇ, ਪਰ ਉਹ ਵੀ ਇਹਨਾਂ ਦਾ ਮੰਤਵ ਪੂਰਾ ਨਾ ਹੋ ਸਕਿਆ। ਸਿੰਘ ਸਭਾ ਦੇ ਵਿੱਚ ਐਸੇ ਬੰਦੇ ਆ ਗਏ ਜਿਹੜੇ ਇੱਕ ਦੂਜੇ ਦੇ ਪੈਰੀਆਂ ਸਲਾਉਂਦੇ ਸਨ, ਜਿਹੜੇ ਇੱਕ ਦੂਜੇ ਦੇ ਪੈਰੀਆਂ ਸਲਾਉਂਦੇ ਸਨ ਉਹਨਾਂ ਨੂੰ ਗੁਰੂ ਦੀ ਮੱਤ ਸੀ, ਇਸ ਵਾਸਤੇ ਉਹ ਇਹਨਾਂ ਦੇ ਆਖੇ ਨਹੀਂ ਸਨ ਲੱਗਦੇ। ਫਿਰ ਉਹਨਾਂ ਨੂੰ ਇਹਨਾਂ ਨੇ ਕੱਢ ਕੇ ਵਿੱਚੋਂ
ਤੇ ਇਹ ਜਿਹੜਾ ਭਾਈ ਗੁਰਦਾਸ ਨੇ ਤੁਸੀਂ ਸੁਣਿਆ ਸੀ ਹੁਣੇ ਵੀ ਪੈਰੀ ਪੈਣਾ ਜੱਗ ਵਰਤਾਇਆ, ਪੈਰੀ ਪੈਣਾ ਜੱਗ ਵਰਤਾਇਆ ਵਾਲੀ ਜਿਹੜੀ ਗੱਲ ਸੀ ਨਾ, ਜਿਹੜੀ ਸਤਿਗੁਰਾਂ ਦੀ ਗੁਰੂ ਮਤ ਵਾਲੀ ਗੱਲ ਉਹ ਕੱਢੀ ਤੇ ਹੱਥ ਮਿਲਾਉਣਾ ਸਿਖਾਇਆ ਇਹਨਾਂ ਨੇ, ਇੱਕ ਦੂਜੇ ਨੂੰ ਸਲੂਟ ਕਰਨਾ ਸਿਖਾਇਆ ਤੇ ਉਸ ਦੁੱਖ ਨੂੰ ਸਫਲ ਕੀਤਾ। ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਤੁਸੀਂ ਪੜ੍ਹ ਕੇ ਵੇਖੋ ਇਤਿਹਾਸ। ਗਿਆਨੀ ਗਿਆਨ ਸਿੰਘ ਹੋਰੀ ਲਿਖਦੇ ਨੇ, ਇਹ ਜੋ ਆਕਲ ਆਲਮ ਦਿਸੈ ਅੰਗਰੇਜ਼ਨ ਕੀ ਚੱਕੀ ਵੀ ਸੈ। ਮੈਂ ਜ਼ਿਆਦਾ ਨਹੀਂ ਜਾਂਦਾ ਇਸ ਪਾਸੇ, ਪਰ ਤੁਹਾਨੂੰ ਥੋੜ੍ਹੀ ਜਿਹੀ ਗੱਲ ਦੱਸਣੀ ਚਾਹੁੰਦਾ। ਉਸ ਦੇਸ਼ ਵਿੱਚ ਅਸੀਂ ਬੈਠੇ ਹਾਂ ਜਿਨ੍ਹਾਂ ਨੇ ਜਾ ਕੇ 400 ਸਾਲ ਸਾਡੇ ਦੇਸ਼ 'ਤੇ ਰਾਜ ਕੀਤਾ, ਪਰ ਤੁਹਾਨੂੰ ਇਹ ਪਤਾ ਬਈ ਕਦੇ ਅੰਗਰੇਜ਼ਾਂ ਨੇ ਰੇਬ ਪਜਾਮੇ 'ਤੇ ਅਚਕਣਾ ਪਾ ਕੇ ਜਾਂ ਕੇਸ ਦਾੜੀ ਰੱਖ ਕੇ ਅਤੇ ਪੱਗਾਂ ਬੰਨੀਆਂ ਸਨ ਜਾ ਕੇ 400 ਸਾਲ ਸਾਡੇ 'ਤੇ ਰਾਜ ਕਰਕੇ? ਅਤੇ ਉਹਨਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਅਸੀਂ ਥੋੜ੍ਹੇ ਚਿਰ ਵਿੱਚ ਆ ਕੇ ਅਤੇ ਆਪਣੇ ਪਹਿਰਾਵੇ ਬਦਲ ਕੇ ਆਪਣੇ ਉਹ ਕੇਸ ਜਿਹੜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਆਖਿਆ ਸੀ ਕਿ ਇਹਨ ਪੁੱਤਰਨ ਕੇ ਸੀਸ ਪੈ ਵਾਰ ਦੀ ਇਹ ਸੁਚਾਰ, ਚਾਰ ਮੂਹੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਅਤੇ ਅਸੀਂ ਜਿਹੜੇ ਜਿਉਂਦੇ ਹਾਂ ਕਈ ਹਜ਼ਾਰ, ਸਾਨੂੰ ਉਹ ਚੇਤਾ ਹੀ ਨਾ ਹੋਵੇ ਵੀ ਆਪਣੇ ਪੁੱਤਰ ਸਾਡੇ 'ਤੇ ਵਾਰੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੇ। ਇੱਕ ਆਪਣੇ ਭਰਾਵਾਂ ਨੂੰ, ਆਪਣੇ ਪੁੱਤਰਾਂ ਨੂੰ, ਆਪਣੇ ਚਾਚਿਆਂ ਤਾਇਆਂ ਨੂੰ ਪੁੱਛ ਲਿਆ ਕਰੋ ਬਈ ਵੇਖ ਜੇ ਤੇਰਾ ਕੰਮ ਨਹੀਂ ਸਿਰ ਬਣਾਉਣਾ। ਗੁਰੂ ਗੋਬਿੰਦ ਸਿੰਘ ਦੇ ਹੁਕਮ ਦੀ ਅਵਗਿਆ ਹੁੰਦੀ ਹੈ। ਇਹ ਜਿਹੜੇ ਹਿੰਦੂ ਨੇ ਇਹ ਰਾਮ ਨੂੰ ਮੰਨਦੇ ਨੇ, ਤੁਹਾਡਾ ਇਹਨਾਂ ਨਾਲ ਕੋਈ ਵਾਸਤਾ ਨਹੀਂ। ਹਿੰਦੂਆਂ ਨੂੰ ਆਖਿਆ ਸਿੱਖਾਂ ਨਾਲ ਤੁਹਾਡਾ ਕੋਈ ਵਾਸਤਾ ਨਹੀਂ, ਭਗਵਾਨ ਕ੍ਰਿਸ਼ਨ ਨੂੰ ਮੰਨਦੇ ਨੇ ਇਹਨਾਂ ਨਾਲ ਤੁਹਾਡਾ ਕੋਈ ਵਾਸਤਾ ਨਹੀਂ, ਉਹਨਾਂ ਨੂੰ ਆਖਿਆ ਤੁਹਾਡਾ ਇਹਨਾਂ ਨਾਲ ਕੋਈ ਵਾਸਤਾ ਨਹੀਂ। ਇਸ ਤਰ੍ਹਾਂ ਕਰਕੇ ਸਾਨੂੰ ਆਪਸ ਵਿੱਚ ਲੜਾਇਆ ਉਹ ਰਾਮ, ਜਿਸ ਦੇ ਨਾਂ ਤੋਂ ਸਾਨੂੰ ਜਿੱਥੇ ਅਸੀਂ ਉਹ ਸਿੱਖ ਬਣਦੇ ਹਾਂ ਜਿਹੜੇ ਅੰਗਰੇਜ਼ਾਂ ਦੇ ਅਸਰ ਹੇਠਾਂ ਵਾਲੇ। ਤਾਂ ਅਸੀਂ ਸਮਝਦੇ ਹਾਂ ਇਹ ਬੜਾ ਮਾੜਾ ਕੰਮ ਹੈ ਜੇ ਰਾਮਾਇਣ ਸੁਣੀਏ ਜਾਂ ਭਗਵਾਨ ਰਾਮ ਦਾ ਨਾਮ ਸੁਣੀਏ, ਪਰ ਕਦੇ ਆਪਣੇ ਗੁਰਬਾਣੀ ਵਿੱਚ ਪੜ੍ਹੋ। ਗੁਰੂ ਤੇਗ ਬਹਾਦਰ ਦਾ ਹੁਣ ਦਿਨ ਮਨਾਇਆ 300 ਸਾਲਾ ਦਿਨ, ਅਤੇ ਫਿਰ ਇਹ ਸੋਚਿਆ ਕਿ ਉਹ ਰਾਮ ਕਿੱਥੇ ਸਹਾਇਤਾ ਕਰਦਾ। ਉਹ ਰਾਮ ਉੱਥੇ ਸਹਾਇਤਾ ਕਰਦਾ ਇਹ ਇੱਕ ਰਮੰਤੀ ਰਾਮ ਆ ਉਹ ਨਹੀਂ, ਜਿਹੜਾ ਜਸਰਥ ਦਾ ਪੁੱਤਰ ਰਾਮ ਆ ਉਹ ਕਿੱਥੇ ਸਹਾਇਤਾ ਕਰਦਾ, ਜਿਹੜਾ ਰਾਘਵਾਂ ਦੀ ਕੁਲ 'ਚ ਰਾਮ ਹੋਇਆ ਉਹ ਕਿੱਥੇ ਸਹਾਇਤਾ ਕਰਦਾ। ਉਸ ਵੇਲੇ ਸਹਾਇਤਾ ਕਰਦਾ ਸੰਗ ਸਖਾ ਸਭ ਤਜ ਗਏ ਕਹੁ ਨਾਨਕ ਸਾਥ ਕਹੁ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਪਰ ਉਹਨਾਂ ਨੇ ਸਾਨੂੰ ਭੁਲਾ ਦਿੱਤਾ, ਉਹਨਾਂ ਨੇ ਆਖਿਆ ਇਹ ਨਹੀਂ ਤੁਹਾਡੇ ਗੁਰੂ, ਤੁਹਾਡਾ ਗੁਰੂ ਤਾਂ 1526 ਦਾ ਗੁਰੂ ਨਾਨਕ ਹੋਇਆ, ਪਹਿਲਾਂ ਤਾਂ ਗੁਰੂ ਤੁਹਾਡਾ ਹੈ ਹੀ ਕੋਈ ਨਹੀਂ। ਉਹਨਾਂ ਨੇ ਸਾਰੀਆਂ ਦੁੱਖਾਂ ਭੁਲਾ ਦਿੱਤੀਆਂ। ਸਤਿਯੁਗ ਤਾਂ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤਾ ਤਾਂ ਮਾਣਿਓ ਰਾਮ ਰਘਵੰਸ ਕਹਾਇਓ ਬਾਪੁਰ ਕ੍ਰਿਸ਼ਨ ਮੁਰਾਰ। ਇੱਕ ਵਾਰ ਸਾਰੇ ਗੱਜ ਕੇ ਆਖੋ ਧੰਨ ਸ੍ਰੀ ਗੁਰੂ ਕ੍ਰਿਸ਼ਨ ਚੰਦਰ ਜੀ ਮਹਾਰਾਜ। ਮੈਂ ਤੁਹਾਨੂੰ ਅੱਜ ਤਾਂ ਪਾਇਆ, ਅੱਜ ਭਗਵਾਨ ਦਾ ਜਨਮ ਦਿਨ ਹੈ। ਅਸੀਂ ਹਿੰਦੂਆਂ ਦੇ ਮੰਦਰ ਵਿੱਚ ਜਾ ਕੇ ਭਗਵਾਨ ਕ੍ਰਿਸ਼ਨ ਦੇ ਨਾਂ ਦੀ ਕੋਈ ਗੱਲ ਕਰ ਸਕਦੇ ਹਾਂ, ਪਰ ਮੈਂ ਸਮਝਦਾ ਨਹੀਂ ਉਹ ਗੱਲ ਉੱਨੀ ਇੱਥੇ ਕਰਨੀ ਚਾਹੀਦੀ ਜਿੰਨੀ ਅਸੀਂ ਉੱਥੇ ਜਾ ਕੇ ਕਰਨੀ ਹੈ, ਕਿਉਂਕਿ ਸਾਡੇ ਉਹ ਵੀ ਨੇ ਸਤਿਗੁਰਾਂ ਦੇ ਹੁਕਮ ਅਨੁਸਾਰ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤਾ ਜਨ ਦਿਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰਤ ਆਇਓ। ਇਸ ਕੜੀ ਦੇ ਨਾਲ ਜੋੜਿਆ ਉਹਨਾਂ ਨੂੰ ਬਾਣੀ ਅਨੁਸਾਰ, ਪਰ ਅੰਗਰੇਜ਼ਾਂ ਨੇ ਸਾਨੂੰ ਬੁਲਾ ਲਿਆ। ਸੋ ਮੈਂ ਇਹੋ ਹੀ ਤੁਹਾਡੇ ਕੋਲ ਅਰਜ਼ ਕਰਨੀ ਹੈ, ਜਿਸ ਤਰ੍ਹਾਂ ਨਾਗੀ ਹੋਰਾਂ ਨੇ ਤੁਹਾਨੂੰ ਗੱਲ ਦੱਸੀ ਹੈ, ਉਹਨਾਂ ਨੇ ਕੋਈ 2-3 ਮਿੰਟ ਜਿਸ ਤਰ੍ਹਾਂ ਪੰਡਿਤ ਹੋਰਾਂ ਨੇ ਤੁਹਾਨੂੰ ਪਹਿਲਾਂ ਆਖਿਆ ਸੀ ਵੀ ਅਸੀਂ ਜਿਹੜਾ ਕੁਝ ਸੁਣਨਾ ਉਹਦੇ ਵੱਲ ਧਿਆਨ ਦੇ ਕੇ ਸੁਣੀਏ, ਫਿਰ ਸਾਡਾ ਉਹ ਜਿਸ ਤਰ੍ਹਾਂ ਉਹਨਾਂ ਨੇ ਨਾਗੀ ਹੋਰਾਂ ਨੇ ਆਖਿਆ ਨਾ ਵੀ ਜਿਸ ਵੇਲੇ ਧਿਆਨ ਦੇ ਕੇ ਸੁਣੀਏ, ਫਿਰ ਉਹ ਜਿਹੜਾ ਧਿਆਨ ਦਿੰਦਾ ਹੈ ਨਾ ਉਸ ਦੇ ਸਵਾਦ ਦਾ ਉਹ ਹੀ ਸਮਝ ਸਕਦਾ। ਤੁਸੀਂ ਪਛਾਦਾ ਛਕਦੇ ਹੋ, ਪਛਾਦਾ ਛਕਦਿਆਂ ਛਕਦਿਆਂ ਤੁਹਾਨੂੰ ਲਾਂਗਰੀ ਨੇ ਪੁੱਛਿਆ ਬਈ ਭਾਜਾ ਮੂੰਹ ਤਾਂ ਨਹੀਂ ਪਾਉਂਦਾ, ਅਤੇ ਜਦੋਂ ਤੁਹਾਡਾ ਧਿਆਨ ਵਿੱਚ ਨਹੀਂ ਨਾ ਹੋਏਗਾ ਤਾਂ ਤੁਸੀਂ ਜ਼ਰੂਰ ਆਖੋਗੇ ਅੱਛਾ ਹੁਣ ਮੈਂ ਇਹ ਬੁਕੀ ਖਾ ਕੇ ਦੱਸਾਂਗਾ ਮੈਨੂੰ ਇਹਦਾ ਸਵਾਦ ਦਾ ਪਤਾ ਨਹੀਂ। ਇਹੋ ਹੀ ਹਾਲਤ ਸਾਡੀ ਇੱਥੇ ਹੈ ਕਿ ਅਸੀਂ ਇੱਧਰ ਧਿਆਨ ਨਹੀਂ ਦਿੰਦੇ, ਧਿਆਨ ਸਾਡਾ ਹੋਰ ਪਾਸੇ ਹੁੰਦਾ। ਧਿਆਨ ਸਾਡਾ ਉਹ ਜਿਸ ਤਰ੍ਹਾਂ ਪਰਹੇਜ਼ ਅਤੇ ਵੱਧ ਪਰਹੇਜ਼ ਜਿਹੜੀ ਹੈ ਨਾ ਉਸ ਪਾਸੇ ਸਾਡਾ ਧਿਆਨ ਹੁੰਦਾ, ਇਹਦੇ ਉਲਟ ਧਿਆਨ ਹੁੰਦਾ ਜਿਹੜਾ ਕੋਈ ਸੁਣਨਾ ਹੁੰਦਾ ਫਿਰ ਸਾਡੇ ਧਿਆਨ ਵਿੱਚ ਉਹ ਮਨ ਵਿੱਚ ਉਹ ਚੀਜ਼ ਨਹੀਂ ਆਉਂਦੀ। ਜੈਸੋ ਮਨ ਲਾਗਤ ਹੈ ਲੇਖ ਕੋ ਲੇਖ ਹੈ ਵਿਖ ਹੈ ਹਰ ਜਸ ਲਿਖਤ ਨਾ ਤੈਸੋ ਠਹਿਰਾ ਬਈ। ਆਦਮੀ ਹਿਸਾਬ ਕਰਦਾ ਕਰਦਾ ਲੇਖਾ ਕਰਦਾ ਸਾਰੇ ਦਿਨ ਦਾ, ਕਿੰਨੇ ਥਾਨ ਬਜਾਜੀ ਦੇ ਵੇਚ ਲਏ, ਕਿੰਨੇ ਡੱਬੇ ਘਿਓ ਦੇ ਵੇਚ ਲਏ, ਕਿੰਨਾ ਸਾਬਣ ਵੇਚ ਲਿਆ, ਉਹ ਕਰਦਿਆਂ ਕਰਦਿਆਂ ਉਹ ਇੰਨਾ ਹਿਸਾਬ ਵਿੱਚ ਜੁੜ ਜਾਂਦਾ ਉਹਦੇ ਸਾਹਮਣੇ ਜੋ ਕੋਈ ਬੰਦਾ ਲੰਘ ਜਾਂਦਾ, ਮਗਰ ਉਹਨੂੰ ਆ ਕੇ ਪੁੱਛਦਾ ਇੱਕ ਬੰਦਾ ਇਹ ਮੇਰਾ ਇੱਕ ਪੁਰਾਣਾ ਦੋਸਤ ਮੇਰਾ ਭਰਾ ਇੱਥੋਂ ਲੰਘਿਆ ਸੀ ਤੈਨੂੰ ਪਤਾ, ਉਹਦੇ ਮੈਂ ਹਿਸਾਬ ਕਰਦਾ ਹਾਂ ਬੈਠਾ ਮੈਨੂੰ ਕੋਈ ਪਤਾ।
ਇਸ ਤਰ੍ਹਾਂ ਹੀ ਜਿਹੜੇ ਸਤਿਗੁਰੂ ਵਾਲੇ ਪਾਸੇ ਦੇ ਨੇ ਉਹਨਾਂ ਨੂੰ ਅੱਖਾਂ ਵੀ ਖੁੱਲੀਆਂ ਹੋਣਗੀਆਂ। ਅੱਖਾਂ ਖੁੱਲੀਆਂ ਹੁੰਦਿਆਂ ਉਹਨਾਂ ਨੂੰ ਸਾਰਾ ਕੁਝ ਨਹੀਂ ਦਿਸੇਗਾ, ਜਿਵੇਂ ਅਰਜਨ ਨੂੰ ਨਹੀਂ ਸੀ ਦਿਸਿਆ। ਭਗਵਾਨ ਕ੍ਰਿਸ਼ਨ ਦਾ ਭਗਤ ਅਰਜਨ ਹੋਇਆ ਤੇ ਉਹਨਾਂ ਦੇ ਤੀਰ ਹੁਣ ਤੱਕ ਮਸ਼ਹੂਰ ਨੇ। ਕਿਉਂ ਮਸ਼ਹੂਰ ਨੇ? ਕਿ ਉਹਨਾਂ ਨੇ ਉਸ ਟਰੈਕ ਦੇ ਵਿੱਚ ਚੱਲ ਕੇ ਗੁਰੂ ਦੀ ਆਗਿਆ ਦਾ ਪਾਲਣ ਕਰਦਿਆਂ ਹੋਇਆ ਉਹ ਵਿੱਦਿਆ ਪ੍ਰਾਪਤ ਕੀਤੀ ਤੇ ਉਸ ਦੇ ਇਮਤਿਹਾਨ ਵਿੱਚ ਉਹ ਸਫਲ ਹੋਏ। ਉਹ ਕੀ ਸੀ? ਹਰ ਗੁਰੂ ਦੀ ਖੁਸ਼ੀ ਪ੍ਰਾਪਤ ਕੀਤੀ। ਇਹ ਬੜੀ ਔਖੀ ਗੱਲ ਹੈ। ਜਿਹੜਾ ਗੁਰੂ ਦੀ ਖੁਸ਼ੀ ਪ੍ਰਾਪਤ ਕਰ ਲੈਂਦਾ, ਤੁਸੀਂ ਇੱਥੇ ਆਪਣੇ ਪੈਸਿਆਂ ਵਾਸਤੇ ਉਸ ਅਫਸਰ ਦੀ ਖੁਸ਼ੀ ਪ੍ਰਾਪਤ ਕਰਨਾ ਚਾਹੁੰਦੇ ਜਿਹੜਾ ਤੁਹਾਨੂੰ ਇਮੀਗ੍ਰੈਂਟ ਬਣਾਉਂਦਾ ਇੱਥੇ, ਤੇ ਉਹ ਕਈਆਂ ਨੂੰ ਬਣਾ ਦਿੰਦਾ, ਕਈਆਂ ਨੂੰ ਨਹੀਂ ਬਣਾਉਂਦਾ। ਇਹ ਕਹਿੰਦੇ ਦਿਲ ਨਹੀਂ ਤੋੜਦੇ ਵੀ ਫਲਾਣਾ ਫਲਾਣਾ ਨਹੀਂ ਬਣੇ ਤੇ ਮੈਂ ਨਹੀਂ ਉਹਦੇ ਸਿਰ ਦਰਖਾਸਤ ਦੇਣੀ ਜਾ ਕੇ। ਪਰ ਇਹ ਦਰਖਾਸਤ ਨਹੀਂ, ਅਸੀਂ ਦਿਲ ਤੋੜਦੇ ਹਾਂ। ਉਹ ਫਲਾਣਾ ਵੀ ਕੋਈ ਉਹ ਕਰਨ ਲੱਗਾ ਸੀ, ਉਹ ਕਰਕੇ ਛੱਡਦਾ, ਕੋਈ ਛੱਡ ਬੈਠਾ, ਉਹ ਫਲਾਣੇ ਦਾ ਕੁਝ ਨਹੀਂ ਬਣਿਆ। ਮੇਰਾ ਸਿਰਫ ਕਹਿਣ ਦਾ ਮਤਲਬ ਇਹ ਹੈ ਬਈ ਜਿਵੇਂ ਅਸੀਂ ਦੁਨਿਆਵੀ ਪਾਸੇ ਲੱਗ ਕੇ ਇਹ ਚੀਜ਼ ਕਰਦੇ ਹਾਂ। ਭਾਈ ਗੁਰਦਾਸ ਜੀ ਨੇ ਲਿਖਿਆ, ਅਮਲੀ ਰਚਨ ਅਮਲੀਆਂ ਸੋਫੀ ਸੋਫੀ ਵੇਲ ਕਰਨ ਦੇ, ਜੁਆਰੀ ਜੁਆਰੀਆਂ ਵੇਕਰਮੀ ਵੇਕਰਮ ਰਚਨ ਦੇ, ਚੋਰਾਂ ਚੋਰਾਂ ਫਿਰ ਹੜੀ ਠੱਗ ਠੱਗ ਮਿਲ ਦੇਸ਼ ਸਕਣ ਦੇ, ਦੁਖਿਆਰੇ ਦੁਖਿਆਰਿਆਂ ਮਿਲ ਮਿਲ ਆਪਣੇ ਦੁੱਖ ਰਵਾਉਂਦੇ, ਸ਼ਾਇਦ ਮੈਨੂੰ ਸਾਰੇ ਦੁੱਖਾਂ ਨਾ ਯਾਦ ਹੋਣ। ਆਖਰੀ ਦੁੱਖ ਵਿੱਚ ਭਾਈ ਗੁਰਦਾਸ ਜੀ ਨੇ ਲਿਖਿਆ, ਸਾਧ ਸੰਗਤ ਇਸ ਤਰ੍ਹਾਂ ਸਾਨੂੰ ਇਸ ਪਾਸੇ ਰੱਖਣਾ ਚਾਹੀਦਾ। ਸੋ ਉਹ ਸਵਾਦ ਜਿਹਨਾਂ ਨੂੰ ਆਇਆ, ਉਹ ਕਈ ਵਾਰਾਂ ਤੇ ਉਹਨਾਂ ਨੇ ਇਹ ਆਖਿਆ ਵੀ ਇਹਦਾ ਇੰਨਾ ਸਵਾਦ, ਜਿਵੇਂ ਫਰੀਜ਼ ਦੀ ਗੱਲ ਤੁਸੀਂ ਖਾ ਸੁਣੀ ਸੀ ਨਾ, ਉਹਨੂੰ ਸ਼ੱਕਰ ਮਿਲਦੀ ਸੀ ਤੇ ਉਹ ਆਉਂਦਾ ਸੀ ਬੜੀ ਸਵਾਦ ਹੈ। ਫਿਰ ਉਹਨੇ ਉਸ ਤੋਂ ਬਾਅਦ ਖੰਡ ਦਾ ਸਵਾਦ ਵੇਖਿਆ, ਉਹਨੂੰ ਹੋਰ ਸਵਾਦ ਲੱਗੇ ਉਸ ਤੋਂ। ਫਿਰ ਉਹਨੇ ਮਿਸ਼ਰੀ ਦਾ ਸਵਾਦ ਵੇਖਿਆ, ਉਹ ਆਉਂਦਾ ਉਹਦੇ ਨਾਲ ਸਵਾਦ ਹੈ। ਫਿਰ ਉਸ ਤੋਂ ਬਾਅਦ ਗੁੜ ਵੇਖਿਆ ਤੇ ਉਹ ਆਉਂਦਾ ਇਹ ਉਹਨਾਂ ਅੱਜ ਤੁਸੀਂ ਹੁਣ ਵੀ ਵੇਖਦੇ ਹੋ ਵੀ ਜਿਹੜੇ ਤੁਹਾਨੂੰ ਦੱਸਦੇ ਰਹੇ ਨੇ ਵੀ ਗੁੜ ਦੇ ਵਿੱਚ ਜ਼ਿਆਦਾ ਤੱਤ ਨੇ ਖੰਡ ਤੇ ਹੋਰ ਸਾਰੀਆਂ ਚੀਜ਼ਾਂ ਨਾਲੋਂ। ਫਿਰ ਉਹਨੇ ਸ਼ਹਿਦ ਵੀ ਵੇਖਿਆ, ਫਿਰ ਉਹਨੇ ਮਾਝਾ ਦੁੱਧ ਵੀ ਵੇਖਿਆ, ਆਉਂਦਾ ਇਹ ਸਾਰਿਆਂ ਨਾਲੋਂ ਨੰਬਰਵਾਰ ਚੀਜ਼ਾਂ ਸਵਾਦ ਹੁੰਦੀਆਂ ਗਈਆਂ। ਪਰ ਆਉਂਦਾ ਨਹੀਂ, ਇੱਕ ਇਹਨੂੰ ਉੱਤੇ ਚੀਜ਼ ਵੀ ਹੈ, ਸੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ। ਇਨਕਾਰ ਨਹੀਂ ਇਸ ਗੱਲ ਤੋਂ, ਲੱਭ ਹੀ ਨਹੀਂ ਮਿੱਠੀਆਂ, ਪਰ ਲੱਭ ਨਾ ਪੂਜਨ ਜਿੰਨਾ ਤੂੰ ਸਵਾਦ ਹੈ ਨਾ ਉਨਾ ਇਹ ਸਵਾਦ ਨਹੀਂ ਹੈਗੀ। ਜਦੋਂ ਮੈਂ ਤੈਨੂੰ ਵੇਖ ਲੈਂਦਾ ਇਹ ਸਾਰੀ ਚੀਜ਼ਾਂ ਬੇਸਵਾਦ ਹੋ ਜਾਂਦੀਆਂ ਨੇ, ਜਿਵੇਂ ਸਰਦਾਰ ਅਮਰ ਸਿੰਘ ਹੋਰੀ ਜੜ੍ਹਾਂ ਵਾਲੀ ਹੈ, ਜਿਹੜੇ ਸੰਤ ਜੀ ਨੇ ਗੁਰੂ ਬਖਸ਼ ਵਾਲੇ ਜਲੰਧਰ ਵਾਲੇ, ਉਹਨਾਂ ਦੇ ਉਹਨਾਂ ਵਿੱਚੋਂ ਇੱਕ ਉਹਨਾਂ ਦੇ ਭਰਾ ਵੱਡੇ ਤੋਂ ਛੋਟੇ ਸੰਤੋਖ ਸਿੰਘ ਤੋਂ ਛੋਟਾ ਅਮਰ ਸਿੰਘ ਸੀ, ਉਹ ਜਿਸ ਵੇਲੇ ਚੜ੍ਹਾਈ ਕਰਨ ਲੱਗਾ ਨਾ ਗੁਰੂ ਕਾ ਸਿੱਖ, ਮੇਰਾ ਖਿਆਲ 74 ਵਿੱਚ ਕਿ 73 ਵਿੱਚ ਚੜ੍ਹਾਈ ਕੀਤੀ ਉਹਨਾਂ ਨੇ, ਤੇ ਉਹ ਮੈਡੀਕਲ ਇੰਸਟੀਚਿਊਟ ਦਿੱਲੀ ਵਿੱਚ ਆਪਰੇਸ਼ਨ ਕਰਾਇਆ। ਆਪਰੇਸ਼ਨ ਤੋਂ ਬਾਅਦ ਉਹ ਠੀਕ ਹੋ ਗਏ ਨੇ, ਚਾਰ ਪਾਣੀ ਛੱਕਦੇ ਨੇ, ਤੇ ਨਰਸਾਂ ਡਾਕਟਰਾਂ ਨੂੰ ਆਖਿਆ ਵੀ ਮੈਨੂੰ ਤੁਸੀਂ ਹੁਣ ਕੁਛ ਨਹੀਂ ਦੇਣਾ, ਦਵਾਈ ਵਗੈਰਾ ਨਹੀਂ ਦੇਣੀ, ਮੇਰਾ ਤੁਹਾਡਾ ਹਿਸਾਬ ਮੁੱਕ ਗਿਆ। ਸਾਡੇ ਕੋਲ ਇੱਥੋਂ ਦਾ ਹਿਸਾਬ ਨਹੀਂ ਪਤਾ ਵੀ ਸਾਨੂੰ ਕੱਲ੍ਹ ਨੂੰ ਇਨਕਮ ਟੈਕਸ ਵਾਲਿਆਂ ਫੜ ਲੈਣਾ, ਕਿਸੇ ਹੋਰ ਨੇ ਆ ਕੇ ਫੜ ਲੈਣਾ, ਉਹ ਉੱਥੋਂ ਦੇ ਅਗਲੇ ਹਿਸਾਬ ਵੇਖ ਆਏ। ਉਹਨੇ ਆਖਿਆ ਵੀ ਮੇਰਾ ਹਿਸਾਬ ਤੁਹਾਡਾ ਮੁੱਕ ਗਿਆ, ਤੁਹਾਡੇ ਵੱਲ ਮੇਰਾ ਭਾਵੇਂ ਹੋਵੇ, ਮੇਰੇ ਵੱਲ ਤੁਹਾਡਾ ਕੋਈ ਨਹੀਂ। ਅਤੇ ਜਦੋਂ ਹਿਸਾਬ ਬੇਬਾਕ ਹੋ ਜਾਂਦਾ ਨਾ, ਆਦਮੀ ਕਰਜ਼ੇ ਤੋਂ ਫਾਰਗ ਹੋ ਜਾਂਦਾ, ਤਾਂ ਫਿਰ ਸੋਚਦਾ ਵੀ ਹੁਣ ਮੈਂ ਲੈਣਾ ਦੇਣਾ ਨਾ ਕਰਾਂ, ਫਿਰ ਮੈਨੂੰ ਵਕਤ ਪੈ ਜਾਏਗਾ। ਅਤੇ ਜਿਸ ਵੇਲੇ ਇਹ ਗੱਲ ਆਖੀ ਤਾਂ ਉਹਨਾਂ ਨੇ ਆਖਿਆ ਤੁਸੀਂ ਸਰਦਾਰ ਜੀ ਬੜੀਆਂ ਉਦਾਸ ਗੱਲਾਂ ਕਰਦੇ ਹੋ, ਤੁਸੀਂ ਠੀਕ ਹੋ, ਤੁਸੀਂ ਹੁਣ ਕੱਲ੍ਹ ਨੂੰ ਘਰ ਚਲੇ ਜਾਣਾ। ਆਂਦੇ ਨੇ ਮੇਰੇ ਸਤਿਗੁਰੂ ਪ੍ਰਤਾਪ ਸਿੰਘ ਦਾ ਹੁਕਮ ਆ ਗਿਆ, ਉਹਦੇ ਨਾਲ ਤੁਹਾਡਾ ਹੁਕਮ ਵੱਡਾ ਨਹੀਂ। ਇਹਨਾਂ ਨੂੰ ਘਰਦਿਆਂ ਨੂੰ ਸੱਦਿਆ, ਲੜਕੇ ਵੱਡੇ ਨੂੰ ਸੱਦਿਆ, ਆਪਣੇ ਵੱਡੇ ਜਵਾਈ ਨੂੰ ਸੱਦਿਆ, ਉਹਨਾਂ ਨੂੰ ਆਖਿਆ ਪੱਗਾਂ ਸਿੱਧੀਆਂ ਕਰੋ, ਹਾਲਾਂਕਿ ਆਪ ਟੇਢੀ ਬੰਨਦੇ ਸਨ। ਪਤਾ ਨਹੀਂ ਸਤਿਗੁਰਾਂ ਨੇ ਉਹਨਾਂ ਨੂੰ ਕੀ ਵਿਖਾਇਆ। ਅੱਛਾ, ਫਿਰ ਉਹਨਾਂ ਦੇ ਲੜਕੇ ਗੁਲਜ਼ਾਰ ਸਿੰਘ ਹੈ ਵੱਡਾ ਲੜਕਾ ਉਹਨਾਂ ਦਾ, ਉਹਨੇ ਪੁੱਛਿਆ ਵੀ ਕੀ ਛਕੋਗੇ? ਉਹਨੇ ਆਖਿਆ ਜੋ ਕੁਛ ਮੈਨੂੰ ਸਤਿਗੁਰਾਂ ਨੇ ਵਿਖਾ ਦਿੱਤਾ ਨਾ, ਉਹਨੂੰ ਵੇਖ ਕੇ ਤੇ ਇਹ ਚੀਜ਼ਾਂ ਖਾਣ ਦੀ ਗੱਲ ਛੱਡ ਦਿਓ, ਉਹਨਾਂ ਤੋਂ ਵੇਖਣ ਨੂੰ ਜੀ ਨਹੀਂ ਕਰਦਾ। ਮੇਰਾ ਸਿਰ ਮਤਲਬ ਇਹ ਵੀ ਜਿਹਨਾਂ ਨੇ ਉਹ ਚੀਜ਼ ਵੇਖ ਲਈ ਨਾ, ਫਰੀਦ ਨੇ ਜਿਹੜਾ ਸਵਾਦ ਵੇਖਿਆ, ਉਹਨੇ ਆਖਿਆ ਹੁਣ ਇਹ ਗੱਲ ਮੁੱਕ ਗਈ ਹੈ। ਇਹ ਮੁੱਕਦੀ ਕਦੋਂ ਹੈ ਗੱਲ? ਫਿਰ ਉੱਥੇ ਆ ਜਾਣੀ ਜੀ ਨਾਗੀ ਹੋਰਾਂ ਨੇ, ਪੰਡਿਤ ਹੋਰਾਂ ਨੇ ਆਖਿਆ ਵੀ ਜਿੰਨਾ ਚਿਰ ਅਸੀਂ ਹੋਰ ਚੀਜ਼ਾਂ ਦਾ ਤਿਆਗ ਨਹੀਂ ਕਰਦੇ ਮਨ ਦੇ ਵਿੱਚੋਂ, ਤੇ ਜਿਹਨਾਂ ਨੇ ਕੀਤਾ ਉਹਨਾਂ ਨੇ ਲਿਖਿਆ ਰਾਰਾ ਰਸ ਨਿਰਸ ਕਰ ਜਾਣਿਆ, ਨਾ ਉਹਨਾਂ ਨੂੰ ਰੋਟੀ ਸਵਾਦ ਲੱਗੇ, ਨਾ ਉਹਨਾਂ ਨੂੰ ਗੁੜ ਸਵਾਦ ਲੱਗੇ, ਨਾ ਜਲੇਬੀਆਂ ਤੇ ਪੂੜੇ ਸਵਾਦ ਲੱਗਣ, ਲੂਣ ਵਾਲੇ ਤੇ ਮਿੱਠੇ, ਕੋਈ ਚੀਜ਼ ਸਵਾਦ ਨਹੀਂ ਲੱਗਦੀ। ਉਹ ਉਹਨਾਂ ਨੇ ਇਸ ਨੂੰ ਛੱਡ ਦਿੱਤਾ, ਇਸ ਚੀਜ਼ ਨੂੰ ਰਾਰਾ ਰਸ ਨਿਰਸ ਕਰ ਜਾਣਿਆ। ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਇੱਕ ਸਿੰਘ ਦੇ ਘਰ ਸਿੰਘ ਜਾਂਦੇ ਨੇ ਇਕੱਠੇ ਹੋ ਕੇ ਪ੍ਰਸ਼ਾਦਾ ਛਕਦੇ ਨੇ, ਉਹਨਾਂ ਨੇ ਖੀਰ ਬਣਾਈ, ਸਤੀ ਦੇ ਸੰਤੋਖੀ ਖਾਏ, ਜਿਹੜੇ ਘਰ ਵਾਲੇ ਨੇ ਉਹ ਜੋ ਵੱਧ ਤੋਂ ਵੱਧ ਉਹਨਾਂ ਨੂੰ ਖਵਾ ਸਕਦੇ ਨੇ ਉਹ ਚੀਜ਼ ਪੇਸ਼ ਕਰਦੇ ਨੇ। ਛਕਣ ਵਾਲੇ ਜਿਹੜੇ ਨੇ ਉਹ ਪਤਾ ਨਹੀਂ ਕਿੰਨੇ ਕਿੰਨੇ ਘੰਟੇ ਨਾਮ ਸਿਮਰਨ ਕਰਕੇ ਆ ਕੇ ਛਕਦੇ ਨੇ, ਉਹਦੇ ਘਰ ਚਰਨ ਪਾਉਂਦੇ ਨੇ, ਘਰ ਪਵਿੱਤਰ ਹੋ ਜਾਂਦਾ ਉਹਦਾ। ਤੇ
खीर बनाई तो खीर के साथ उसकी भुलेखे न खंड के थान लूण पै गया। हम तो तुम अंदाजा लाओ भी जिनी खंड पाई दी खीर में उन्हें लूण पा रही तो खीर का की स्वाद बनता। सारी सारी पंगत साधा की बैठी है नामदारी सिखा दी, सारे ही छक गए ने, किसी ने एक दूजे इशारा नहीं किया। ऐसे जो कोई माड़ा जहा इधर दुख भुल जाए, कोई सोरे इधर ला दे तो झटपट आखी जाए वेखे भुल गया ही है। नहीं तो इन्हें सारे ही छक गए ने, किसी ने एक दूजे इशारा नहीं किया, किसी ने मत्थे वट नहीं पाया, किसी ने उन्होंने आखना तो दूर की गल थी की रहा उसके आख तो उन्होंने गल जी मुक गई। साध संघ जी और सिख भी इस तरह के सन भी छका के जो साध विद्या करके तो फिर उन्हें छकना सी सेवा के चाहे उन्होंने भुख ही नहीं सी लगती। इस वे साधन विद्या करके तो घर वाले लगे ना छकन, उन्होंने वेख्या तो बड़ा कौड़ा है गल की हो गई है, पता किया खंड के सालून पै गया। वो फिर भजे उन्होंने मगर जिते सन जाके उन्होंने जाके माफी मंगी भी सातों बड़ी गलती हुई। उन्होंने आख्या नहीं तुम गलती जान के कुछ नहीं किया, जो ये साढ़े लिखे कोई चीज हाँ छगया सानू कोई वह दुख नहीं, सारा रस निरस कर जाना वो निरस मिलो तो निरस करता ना। फिर उन्होंने आख्या वो निरस सो रस कह जाना, ये रस छाटे वो रस आवा वो रस पिया फिर ये रस नहीं पावा। तो ये उन्होंने गल है जिन्होंने इस गल की प्राप्ति की है। असं भी कोशिश करिए भाई एन पासपोर्ट मिल गया, एन ग्रीन कार्ड मिल गया, एन इतने नौकरी मिल गई है, फिर सानू भी कहीं मिले जहाँ जहाँ तू नारद दे के नायक टिकावा हो कि साड़ी वारी भी उसे आ जाए। मैं अर्ज कराँगा साध संघ अगर भी दो साल फिर दर्शन वेले किए सन उन्होंने कई ने बाद शराब का त्याग किया। हूँ मैं कले कले सद के नहीं आता, मैं यही अर्ज करना भी अपने मनो ही तुम बाद शराब का त्याग कर दौ, ये सवाल सारे निपट जाए साढ़े ताकि सगुरु साढ़े अंदर आए तो साढ़ा भला हो सके। इस संसार के हो रहे तो बिना हो कोई चीज़ लैन देन वाली नहीं। एक जिन्हें जिन्होंने भजन अगर पूछया वो करया करो, जिन्हें नहीं पूछया वो लैके करो। साढ़े यकीन मुताबक गुरबाणी अनुसार राम राम सब को कह कह राम न हो गुरप्रसादी राम मन वसै ता फल पावै। वो गुरप्रसादी किस तरह हृदय प्रकाश पयो ब्रह्म दास्यो मंत्र दियो गुर कान उके मंत्र कान च ओही दिंदे ने जिहड़ा करतार सिंह कलास वाली ने लिखिया ना गुरु गोबिंद सिंह ने जिहड़े बंदे बहादुर नूं फूक कन्न दे विच अजे ही मारी बंदा गिदड़ों शेर बना दे। शेर निरहे होई नहीं वी बंदियां दे उत्ते भारू हो गया, वो शेर वो उहनां दे उत्ते भी हो जांदा जिहड़े पंज साडे अंदर शेर ने ना उहनां नूं वो खतम कर दिंदा। मुसनहार पंच बटवारे सुने नगर पड़े ठग हारे, उनसे राख है बाप न माई उनसे राख है बीत न पाई। तो तजर्बा कर लो किसी भरा आखो का तो बचावे नहीं बचाता। इस देही अंदर पांच चोर वसा काम क्रोध लोह मोह अहंकारा कर दे की ने अमृत लूटा, मनमुख नहीं पूजा कोई ना सुने पुकारा। इको ओंकार वाहिगुरु जी की फतेह। श्री भगवती जी सहाय पातशाही बारहवीं प्रथम भगवती सिमर कै गुरु नानक लई ते आए फिर अंगद गुर ते अमरदास रामदास हुई सहाय अर्जन हर गोबिंद नो सिमरो श्री हर राय। श्री हर कृष्ण ते आई है जिस डिठे साबद हो जाए तेग बहादुर सिमरिया घर नौ निध्य आवै धाए दसम पातशाह साहब श्री गुरु गोबिंद सिंह जी सब थाई होए सहाय। श्री सतगुरु बालक सिंह सिमरिया धर्म का मार्ग दिया बताए अकाल पुरख अंतरजामी श्री सतगुरु राम सिंह सच पातशाह जम तो लिया छडाए जोत का जामा श्री सतगुरु हरी सिंह सिमरिया टुट्टी लई मिलाए। अटल प्रतापी श्री सतगुरु प्रताप सिंह सिमरिया सुच सोध नाम बाणी का प्रवाह दिता चलाए सर्बकला समर्थ श्री सतगुरु जगजीत सिंह जी सिमरिया जन्म मरण दुख जाए। हाजरा हजूर पैरे दे मालक श्री सतगुरु उदय सिंह जी सब थाई होवो सहाय। गुरु जी के चार साहबजादे पंज प्यारे चाली मुक्ते अस्सी शहीद बेअंत शहीदां दी कमाई वल ध्यान तरके आप जी का पवित्र नाम चेता आवे। सतगुरु जी पातशाह सी सदा भुलणहार जीव हाँ आप सदा बख्शिंद पिता हो दरों घरों सिखी सिदक बख्श बेमुख हो के ना मरिए पातशाह धरती ते धर्म वरताओ।
कुल सृष्टि आप जी का नाम जपे कोई दुखिया रही ही ना सतगुरु जी अपने संत खालसे का प्रकाश करो प्रार्थना आप जी के चरणों में गरीब नवाज साडा धर्म बनया रहे दीना बंधु गरीब नवाज सतगुरु राम सिंह सच पातशाह आप जी की कृपा दे नाल आप दी प्यारिया संगतां एकत्र हो के आप जी के पावन पवित्र नाम का सिमरन किया आप जी के दर्शन निमित दर्शन की दात बख्शो श्री सतगुरु जगजीत सिंह सच पातशाह आप जी का पावन पवित्र प्रदेश साध संगत ने सरवण किया कृपा करो साडे हिरदियां ते वसे आई साध संगत की हाजरी दर प्रवान करो ना विसरो ना विसारो रख लो बख्श लो दियो दी दार श्री सतगुरु राम सिंह नाम चढ़दी कला तेरे भाणे सरबत दा भला जो बोले सो निहाल सत श्री अकाल।